ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਦੇਵਿਕਾ ਚੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾ, ਪਾਕਿਸਤਾਨੀ ਰੇਂਜਰਾਂ ਦੇ ਕੀਤਾ ਹਵਾਲੇ। ਸ਼ਹਿਰ ਵਿੱਚ ਸ਼੍ਰੀ ਗਣੇਸ਼ ਚਤੁਰਥੀ ਦੀਆਂ ਰੌਣਕਾਂ, 7 ਸਤੰਬਰ ਦੀ ਸਵੇਰ ਗਣਪਤੀ ਬੱਪਾ ਦੀ ਹੋਈ ਪਹਿਲੀ ਪੂਜਾ। ਡਰਾਈ ਫਰੂਟ ਗੋਦਾਮ ਵਿੱਚ ਹੋਈ ਚੋਰੀ ਦੇ ਪੀੜਤਾਂ ਨਾਲ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਮੁਲਾਕਾਤ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਭਾਰਤ ਸਰਕਾਰ ਨੇ ਇੱਕ ਵਾਰ ਫਿਰ ਦਰਿਆ ਦਿੱਲੀ ਦਿਖਾਉਂਦਿਆਂ 14 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਹਨ। ਇਹਨਾਂ ਦੇ ਵਿੱਚੋਂ ਗੁਜਰਾਤ ਦੀ ਪੁਲਿਸ 8 ਕੈਦੀਆਂ ਨੂੰ ਲੈ ਕੇ ਅਟਾਰੀ ਵਾਹਗਾ ਸਰਹੱਦ ਤੇ ਪੁੱਜੀ। ਇਹਨਾਂ ਵਿੱਚੋਂ ਪਾਕਿਸਤਾਨੀ ਮਛੁਆਰੇ ਅਤੇ 3 ਸਿਵਲ ਕੈਦੀ ਹਨ। ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਭਾਰਤ ਸਰਕਾਰ ਵੱਲੋਂ ਅੱਜ 14 ਟੋਟਲ ਜਿਹੜੇ ਆ ਪਾਕਿਸਤਾਨੀ ਕੈਦੀ, ਜਿਹਨਾਂ ਨੂੰ ਰਿਲੀਜ਼ ਕਰਨ ਦੇ ਆਰਡਰ ਅਲੱਗ ਅਲੱਗ ਡਿਪਾਰਟਮੈਂਟ ਵੱਲੋਂ ਇੱਥੇ ਪਹੁੰਚ ਚੁੱਕੇ ਨੇ। ਗੁਜਰਾਤ ਪੁਲਿਸ ਵੱਲੋਂ 2-3 ਪਾਰਟੀਆਂ ਜਿਹੜੀਆਂ ਇੱਥੇ ਆਪਣੀ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੂੰ ਲੈ ਕੇ ਇੱਥੇ ਪਹੁੰਚ ਚੁੱਕੇ ਹਾਂ, ਜਿਹਨਾਂ ਵਿੱਚੋਂ 5 ਫਿਸ਼ਰਮੈਨ ਹੈ ਅਤੇ 3 ਸਿਵਲ ਪ੍ਰਿਜ਼ਨਰ ਆ, ਟੋਟਲ 8 ਪਰਸਨ। ਇਸ ਤੋਂ ਇਲਾਵਾ ਸੈਂਟਰਲ ਜੇਲ੍ਹ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਪ੍ਰੋਟੈਕਸ਼ਨ ਦੇ ਨਾਲ 6 ਸਿਵਲ ਪ੍ਰਿਜ਼ਨਰ ਨੂੰ ਲੈ ਕੇ ਇੱਥੇ ਪਹੁੰਚੀ ਹੋਈ ਹੈ। ਟੋਟਲ 5 ਫਿਸ਼ਰਮੈਨ ਅਤੇ 9 ਸਿਵਲ ਪ੍ਰਿਜ਼ਨਰ, 14 ਪਰਸਨ ਹੈ ਜਿਨ੍ਹਾਂ ਨੂੰ ਅੱਜ ਕਸਟਮ ਅਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਰਿਲੀਜ਼ ਕਰਕੇ ਅਤੇ ਪਾਕਿਸਤਾਨ ਰੇਂਜ ਦੇ ਹਵਾਲੇ ਕੀਤੇ ਜਾ ਰਹੇ ਸੀ। ਮੱਲਾਵਾਲਾ ਥਾਣੇ ਦੇ ਵਿੱਚ 4 ਪਰਸਨ ਸੀਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇਹ 4 ਦੇ ਉੱਪਰ NCP ਦੇ ਉੱਪਰ ਇੱਕ NCP ਵੱਲੋਂ ਚੰਡੀਗੜ੍ਹ ਵੱਲੋਂ ਇੱਕ ਮੁਕੱਦਮਾ ਅਲੱਗ ਦਰਜ ਕੀਤਾ ਗਿਆ, ਜਿਨ੍ਹਾਂ ਦੇ ਕੋਲੋਂ 2 ਕਿਲੋ ਹੈਰੋਇਨ ਅਤੇ 2 ਪਿਸਟਲ ਬਰਾਮਦ ਕੀਤੀ ਗਈ ਜੀ। ਉਹ ਕਿੰਨੇ ਲੋਕ ਸੀ? ਉਹ ਟੋਟਲ 4 ਪਰਸਨ ਸੀਗੇ। ਮਛੁਆਰੇ ਨਾਬਾਲਗ ਵੀ ਹੋਏ? ਮਛੁਆਰਿਆਂ ਦੇ ਵਿੱਚ 2 ਨਾਬਾਲਗ ਸੀਗੇ ਜਿਨ੍ਹਾਂ ਨੂੰ ਬਹੁਤ ਘੱਟ ਸਜ਼ਾ, ਪਰ ਇਹ 14 ਦੇ 14 ਦੇ ਅੱਜ ਰਿਲੀਜ਼ ਕਰਨ ਦੇ ਆਰਡਰ ਇੱਥੇ ਪਹੁੰਚ ਚੁੱਕੇ ਨੇ ਅਤੇ ਇਹਨਾਂ ਦਾ ਕਸਟਮ ਇਮੀਗ੍ਰੇਸ਼ਨ ਤੋਂ ਬਾਅਦ ਇਹਨਾਂ ਨੂੰ ਪਰਸਨ ਭੇਜਿਆ। ਸ਼੍ਰੀ ਗਣੇਸ਼ ਜੀ ਮਹਾਰਾਜ ਦੇ ਜੈਕਾਰਿਆਂ ਦੇ ਨਾਲ ਇਸ ਵਾਰ ਮਹਾਨਗਰ ਵਿੱਚ ਲੋਕਾਂ ਨੇ ਸ਼੍ਰੀ ਗਣਪਤੀ ਜੀ ਦੀ ਪੂਜਾ ਅਰਚਨਾ ਕਰਕੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਰਾਧਨਾ ਕੀਤੀ। ਲੋਕਾਂ ਨੇ ਆਪਣੇ ਘਰ ਵਿੱਚ ਆ ਕੇ ਪੁਜਾਰੀਆਂ ਦੁਆਰਾ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਪੂਜਾ ਅਰਚਨਾ ਕਰਵਾਈ ਅਤੇ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਜਗ੍ਹਾ ਜਗ੍ਹਾ ਤੇ ਹਵਨ ਯੱਗ ਕਰਵਾਏ ਗਏ, ਕਈ ਜਗ੍ਹਾ ਤੇ ਪੂਜਾ ਅਰਚਨਾ ਕੀਤੀ ਗਈ। ਲੋਕਾਂ ਨੇ ਕਿਹਾ ਕਿ ਸਾਨੂੰ ਕਾਫੀ ਖੁਸ਼ੀ ਹੈ ਕਿ ਅਸੀਂ ਆਪਣੇ ਘਰ ਵਿੱਚ ਸ਼੍ਰੀ ਗਣਪਤੀ ਬੱਪਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੈ। ਅੱਜ ਸਾਡੇ ਘਰ ਦੇ ਵਿੱਚ ਗਣਪਤੀ ਮਹਾਰਾਜ 15ਵੇਂ ਸਾਲ 'ਚ ਪ੍ਰਵੇਸ਼ ਕੀਤੇ। ਅੱਜ ਮੈਂ ਪੂਰੇ ਇਲਾਕਾ ਵਾਸੀਆਂ ਨੂੰ, ਗੁਰੂ ਨਾਨਕ ਨਗਰ, ਵਿਜੈ ਨਗਰ, ਬਟਾਲਾ, ਮਜੀਠਾ ਰੋਡ ਦੇ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਅੱਜ ਦੀ ਗਣਪਤੀ ਚਤੁਰਥੀ ਦੀ। ਅੱਜ ਤੋਂ ਰੋਜ਼ ਸ਼ਾਮੀ 7 ਵਜੇ ਸਾਡੇ ਘਰ ਆਰਤੀ ਹੋਇਆ ਕਰੇਗੀ। ਦਿਨ ਨੂੰ ਦਰਸ਼ਨ ਸਵੇਰੇ 7:30 ਆਰਤੀ ਹੋਇਆ ਕਰੇਗੀ। ਉਸ ਤੋਂ ਬਾਅਦ 14 ਤਰੀਕ ਨੂੰ ਕੀਰਤਨ ਹੋਏਗਾ, 1 ਕੀਰਤਨ 10 ਤਰੀਕ ਨੂੰ ਹੋਏਗਾ। ਮੈਂ ਗਰੀਬ ਮਹੱਲਿਆਂ ਵਾਲਿਆਂ ਨੂੰ, ਪੂਰੇ ਗਰੀਬ ਮਹੱਲਿਆਂ ਨੂੰ ਆਹਵਾਨ ਕਰਦਾ ਵਾਂ ਕਿ ਤੁਸੀਂ ਵੱਧ ਚੜ੍ਹ ਕੇ ਹਿੱਸਾ ਲਵੋ, ਦਰਸ਼ਨ ਕਰੋ ਗਣਪਤੀ ਮਹਾਰਾਜ ਦੇ। ਬੜੀਆਂ ਮਨੋਕਾਮਨਾ ਪੂਰੀਆਂ ਕਰਦੇ ਆ। ਅਸੀਂ ਉਦੋਂ ਤੋਂ ਗਣਪਤੀ ਜੀ ਰੱਖਦੇ ਹਾਂ ਜਦੋਂ ਮੈਂ ਪਹਿਲੇ ਬੋਂਬੇ ਸੀ, ਬੋਂਬੇ ਮੈਂ 22 ਸਾਲ ਲਗਾ ਕੇ ਆਇਆ ਵਾਂ। ਉਸ ਤੋਂ ਬਾਅਦ ਇੱਥੇ ਆ ਕੇ ਮਨ ਦੇ ਵਿੱਚ ਉਤਸ਼ਾਹ ਆਇਆ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਗਣਪਤੀ ਜੀ ਦਾ ਪੂਜਾ ਅਰਚਨਾ ਹੋਣੀ ਚਾਹੀਦੀ ਹੈ। ਅੱਜ ਅਸੀਂ 15ਵੇਂ ਸਾਲ ਦੇ ਵਿੱਚ ਸਥਾਪਨਾ ਕੀਤੀ ਹੈ ਸਾਡੇ ਇੱਥੇ ਗਰੀਬ ਮਹੱਲੇ ਅਤੇ ਸਾਡੇ ਇੱਥੇ ਨਾਥ ਪੂਜਾ ਸਮੇਤ ਕਮੇਟੀ ਹੈਗੀ ਜੀ। ਅਸੀਂ 30 ਸਾਲ ਤੋਂ ਕਰਦੇ ਆ ਰਹੇ ਹਾਂ।
30ਵਾਂ ਸਾਲ ਹੈ ਤੇ ਅਸੀਂ ਹੁਣ ਅੱਜ ਹੈਗੀ ਆ ਹਵਨ ਹੋਣੀ ਆ, ਪੂਜਾ ਹੋਣੀ, ਆਰਤੀ ਹੋਣੀ, ਸ਼ਾਮ ਨੂੰ ਰਾਤੀ ਭਜਨ ਹੋਣਾ ਤੇ ਅੱਜ ਕੱਲ੍ਹ ਵੀ ਪ੍ਰੋਗਰਾਮ ਹੈਗਾ ਸਾਡਾ, ਕੱਲ੍ਹ ਵੀ ਇੱਦਾਂ ਹੀ ਚੱਲਣਾ, ਰਾਤ ਨੂੰ ਵੀ ਆ, ਦਿਨੇ ਵੀ ਆ। ਤੇ ਸ਼ੇਰ ਵਾਸੀਆਂ ਨੂੰ ਮੈਂ ਕਹਿੰਦਾ ਬਹੁਤ ਬਹੁਤ ਗਣਪਤੀ ਪੂਜਾ ਦੀ ਬਹੁਤ ਬਹੁਤ ਵਧਾਈ ਹੋਵੇ ਉਹਨਾਂ ਨੂੰ ਤੇ ਰੱਬ ਉਹਨਾਂ ਨੂੰ ਕਲਿਆਣ ਕਰੇ ਸਾਰੇ। ਤੇ ਅਸੀਂ ਪਰਸੋਂ ਦਾ ਸਾਡਾ ਵਿਸਰਜਨ ਹੈ ਤੇ 10 ਤਰੀਕ ਨੂੰ ਸਾਡਾ ਲੰਗਰ ਆ ਮੇਨ। ਵਰਕਦੁੰਦ ਮਹਾਗਾਲਯ ਸੂਰਯ ਕੋਟਿ ਸਮਰਪਤਾ ਨਿਰਵਿਘਨੰਬਰ ਵੇਵ ਸਰਵਕਾਰੇਸ਼ੁ ਸਰਵਤਾ ਅਸ਼ਟਦਿਨਾਇਤ ਨਮੋ ਨਮਃ ਗਣਪਤੀ ਬੱਪਾ ਮੋਰਿਆ। ਸੰਜੀਵ ਮਹਿਰਾ ਮੇਰਾ ਨਾਂ ਹੈ, ਗਲੀ ਨੰਬਰ 4 ਕੰਡਨ ਨਗਰ ਰਹਿ ਰਿਹਾ। ਅੱਜ ਗਣੇਸ਼ ਚਤੁਰਥੀ ਦਾ ਗਣੇਸ਼ ਉਤਸਵ ਸ਼ੁਰੂ ਹੋਇਆ ਹੈ, ਅਸੀਂ ਬੜੇ ਧੂਮਧਾਮ ਨਾਲ ਸਾਰੇ ਪਰਿਵਾਰ ਗਲੀ ਵਾਲੇ ਰਲ ਮਿਲ ਕੇ ਸਭ ਮਨਾ ਰਹੇ ਹਾਂ, ਬੜੀ ਖੁਸ਼ੀਆਂ ਨਾਲ ਮਨਾ ਰਹੇ ਹਾਂ, ਸਭ ਦਾ ਸਾਥ ਸਾਡੇ ਨਾਲ ਹੈਗਾ। ਔਰ ਅਸੀਂ ਕਹਿੰਦੇ ਅਸੀਂ ਜਿਹੜੇ ਤਿਉਹਾਰ ਆਉਂਦੇ ਰਹਿਣ, ਅਸੀਂ ਰਲ ਮਿਲ ਕਰਕੇ ਮਨਾਉਂਦੇ ਰਹਿਣ, ਔਰ ਸਭ ਨੂੰ ਖੁਸ਼ੀਆਂ ਈਸ਼ਵਰ ਦੇਵੇ, ਖੁਸ਼ਹਾਲੀ ਦੇਵੇ, ਹਰਿਆਲੀ ਦੇ, ਤੰਦਰੁਸਤੀ ਬਖਸ਼ੇ। ਔਰ ਗਣੇਸ਼ ਜੀ ਚਤੁਰਥੀ ਆਪਣੇ ਗਣੇਸ਼ ਜੀ ਦੇ ਉਤਸਵ ਦੇ ਵਿੱਚ ਮਨਾਇਆ ਜਾਂਦਾ, ਜਿਹੜਾ ਕਿ ਇਹਨਾਂ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ, ਔਰ ਇਸ ਕਰਕੇ ਹੀ ਗਣੇਸ਼ ਜੀ ਦਾ ਗਣੇਸ਼ ਚਤੁਰਥੀ ਮਨਾਈ ਜਾਂਦੀ ਹੈ। 7 ਤਰੀਕ 2024 ਨੂੰ ਇਹ ਸ਼ਰਦ ਪੂਰਨਿਮਾ ਸ਼ੁਕਲ ਪਕਸ਼ੇ ਵਸਰੇ ਦਿਨ ਵਾਸਤੇ ਮਨਾਇਆ ਜਾਣਾ ਚਾਹੀਦਾ। ਗਣੇਸ਼ ਚਤੁਰਥੀ ਦਾ ਦਿਹਾੜਾ ਪਹਿਲਾਂ ਮਹਾਰਾਸ਼ਟਰ ਵਿੱਚ ਮਨਾਇਆ ਜਾਂਦਾ ਸੀ, ਪਰ ਹੁਣ ਦੇਖਣ ਨੂੰ ਆਇਆ ਕਿ ਗਣੇਸ਼ ਚਤੁਰਥੀ ਦਾ ਦਿਹਾੜਾ ਅੰਮ੍ਰਿਤਸਰ ਵਿੱਚ ਵੀ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਗਣੇਸ਼ ਮਹਾਰਾਜ ਦੇ ਭਗਤਾਂ ਵੱਲੋਂ ਅੱਜ ਗਣੇਸ਼ ਮਹਾਰਾਜ ਦੀ ਪ੍ਰਤਿਮਾ ਨੂੰ ਘਰਾਂ ਵਿੱਚ ਸਥਾਪਿਤ ਕੀਤਾ ਗਿਆ ਅਤੇ ਵਿਸ਼ੇਸ਼ ਪੂਜਾ ਅਰਚਨਾ ਵੀ ਕੀਤੀ ਗਈ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਰਕੇਸ਼ ਕੁਮਾਰ। ਚਬਾਲ ਰੋਡ ਵਿਖੇ ਕੋਲਡ ਸਟੋਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪੀੜਿਤ ਪਰਿਵਾਰ ਦੇ ਮੈਂਬਰਸ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਿਕਾਸ ਸੋਨੀ, ਪਰਮਜੀਤ ਚੋਪੜਾ, ਅਮਨ ਵੇੜਕਾ, ਰਮਨ ਵਿਰਕ ਹਾਜ਼ਰ ਸਨ। 2-3 ਦਿਨ ਪਹਿਲਾਂ ਜਿਹੜੀ ਵਾਰਦਾਤ ਹੋਈ ਆ ਇੱਥੇ ਚਬਾਲ ਰੋਡ 'ਤੇ ਅੱਗੇ ਜਾ ਕੇ ਕੋਲਡ ਸਟੋਰ 'ਚ ਰਾਤ ਨੂੰ ਲਟੇਰੇ ਆਏ ਨੇ, ਸਾਰਾ ਮਾਲ ਉੱਥੋਂ ਲੁੱਟ ਕੇ ਲੈ ਗਏ ਨੇ। ਤਕਰੀਬਨ 2 ਕਰੋੜ ਦੇ ਕਰੀਬ ਜਿਹੜਾ ਇਹਨਾਂ ਦਾ ਡਰਾਈ ਫਰੂਟ ਉੱਥੋਂ ਕੋਲਡ ਸਟੋਰ 'ਚੋਂ ਲੈ ਕੇ ਚਲ ਗਏ। ਮੈਂ ਸਮਝਣਾ ਇਹਦੇ ਨਾਲ ਵੱਡੀ ਦੁੱਖਦਾਇਕ ਕੋਈ ਘਟਨਾ ਹੋ ਨਹੀਂ ਸਕਦੀ। ਹੁਣ ਤਾਂ ਦਿਨ ਵੇਖ ਲਓ, ਰਾਤ ਨੂੰ ਵੇਖ ਲਓ, ਡਕੈਤੀਆਂ, ਠੱਗੀਆਂ, ਕਤਲ, ਜੋ ਕੁਝ ਹੋ ਰਿਹਾ ਪੰਜਾਬ 'ਚ, ਲਾ ਡਰ ਨਾਂ ਦੀ ਚੀਜ਼ ਕੋਈ ਨਹੀਂ। ਸੋ ਇਹੋ ਜਿਹੇ ਦਿਨ ਜਿਹੜੇ ਨੇ ਉਹ ਵੀ ਲੋਕਾਂ ਨੂੰ ਵੇਖਣ ਨੂੰ, ਮੈਂ ਸਮਝਣਾ ਵੀ ਕਿੰਨਾ ਵੱਡਾ ਦੁੱਖ ਤੁਸੀਂ ਕਹਿ ਲਓ, ਕੋਈ ਸੇਫ ਨਹੀਂ। ਇਸ ਕਰਕੇ ਅੱਜ ਮੈਂ ਇਹਨਾਂ ਨੂੰ ਮਿਲਣ ਆਇਆ ਪਰਿਵਾਰ ਨੂੰ, ਹੈਪੀ ਅਰੋੜਾ ਜੀ, ਸੁਖਦੇਵ ਜੀ, ਸਾਡੇ ਦੀਪ ਸਿੰਘ ਜੀ ਪ੍ਰਧਾਨ ਨੇ। ਸੋ ਮੈਂ ਸਮਝਣਾ ਵੀ ਇਹ ਚੰਗੇ ਪਰਿਵਾਰ ਜਿਹੜੇ ਬਿਜ਼ਨਸ ਕਰਦੇ ਨੇ ਆਪਣਾ, ਅਤੇ ਜਿਨ੍ਹਾਂ ਨੂੰ ਆਸ ਹੀ ਕੋਈ ਨਾ ਹੋਵੇ ਵੀ ਸਾਨੂੰ ਜੇ ਅਸੀਂ ਕੋਈ ਮਿਹਨਤ ਕਰਨੀ ਆ ਅਤੇ ਮਗਰੋਂ ਲਟੇਰਿਆਂ ਸਭ ਕੁਝ ਲੁੱਟ ਕੇ ਲੈ ਜਾਣਾ ਤਾਂ ਫਿਰ ਕੰਮ ਕਰਨ ਦੀ ਲੋੜ ਕੀ ਆ। ਸੋ ਦੁਖੀ ਪਰਿਵਾਰ ਨੂੰ ਅੱਜ ਮੈਂ ਹਮਦਰਦੀ ਇਹਨਾਂ ਨਾਲ ਸਾਂਝੀ ਕਰਨਾ ਹੈ। ਸੋ ਸਰਕਾਰ ਨੂੰ ਮੇਰੀ ਇਹੋ ਰਿਕੁਐਸਟ ਹੈ ਕਿ ਲਾ ਡਰ ਵੱਲ ਧਿਆਨ ਦੇਣ। ਸਾਨੂੰ ਸਰਕਾਰ ਨੂੰ ਬੇਨਤੀ ਹੈ ਕਿ ਜਿਹੜਾ ਵੀ ਨੁਕਸਾਨ ਵਪਾਰੀਆਂ ਦਾ ਹੋ ਰਿਹਾ, ਇਹਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਨਾ, ਉਹ ਸਰਕਾਰ ਨੂੰ ਕਰਨੀ ਚਾਹੀਦੀ। ਜਲਦੀ ਤੋਂ ਜਲਦੀ ਜਿਹੜੇ ਚੋਰ ਨੇ ਫੜਨੇ ਚਾਹੀਦੇ ਨੇ, ਅਤੇ ਜਿਹੜੇ ਸਾਡੇ ਜੇ ਰੱਖਿਆ ਸਰਕਾਰ ਨੂੰ ਕਰਨੀ ਚਾਹੀਦੀ ਆ। ਬਸ ਜੀ ਉਹ ਕਹਿ ਰਹੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਅਸੀਂ ਚੋਰਾਂ ਦੇ ਨਜ਼ਦੀਕ ਪਹੁੰਚ ਗਏ ਹਾਂ ਅਤੇ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੇ ਸਮਾਨ ਦੀ ਰਿਕਵਰੀ ਜਿਹੜੀ ਆ ਉਹ ਕਰਵਾਵਾਂਗੇ। ਪ੍ਰਸ਼ਾਸਨ ਤਾਂ ਇਹੋ ਹੀ ਹੈ ਕਿ ਜਲਦੀ ਤੋਂ ਜਲਦੀ ਆ ਜਿਹੜੀ ਆ ਚੋਰੀ ਦਾ ਜਿਹੜਾ ਇਹ ਸਾਡਾ
ਰੁਝਾਨਾ ਜਿਹੜਾ ਵਾ ਉਹਨੂੰ ਕਵਰ ਕਰਾ ਕੇ ਅਤੇ ਚੋਰਾਂ ਨੂੰ ਜਿਹੜਾ ਵਾ ਸਲਾਖਾਂ ਦੇ ਮਗਰ ਦਿੱਤਾ ਜਾਵੇ ਅਤੇ ਗਾਂਹ ਵਾਸਤੇ ਵੀ ਜਿਹੜੀ ਆ ਸਾਡੀ ਸੁਰੱਖਿਆ ਕੀਤੀ ਜਾਵੇ। ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਜਾਂਦਾ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬੋਕਸ ਚੁੱਕ ਕੇ ਦੂਸਰੀ ਕੰਪਨੀ ਦੇ ਬੋਕਸ ਲਗਾ ਰਹੇ ਹਨ। ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਟਵੇ ਦਾ ਬੋਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਦਬੁਰਜੀ ਵਿਖੇ ਸਰਵਿਸ ਲੇਨ ਟੁੱਟਿਆ ਹੋਣ ਕਾਰਨ ਟ੍ਰੈਫਿਕ ਨੂੰ ਚੱਲਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਕੋਈ ਪੁਲਿਸ ਕਰਮਚਾਰੀ ਟ੍ਰੈਫਿਕ ਨੂੰ ਚਲਾਉਣ ਲਈ ਮੌਜੂਦ ਨਹੀਂ ਹੁੰਦਾ। ਇਸ ਸੰਬੰਧੀ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਨਾਲ ਫਾਸਟਵੇ ਨਿਊਜ਼ ਟੀਮ ਵੱਲੋਂ ਗੱਲਬਾਤ ਕੀਤੀ ਗਈ। ਦੇਖੋ ਜੀ ਉਹ ਜਿਹੜਾ ਰੂਟ ਹੈ ਨਾ ਉਹ ਜਿਸ ਦਿਨ ਬਾਰਿਸ਼ ਹੁੰਦੀ ਹੈ ਨਾ ਉਸ ਦਿਨ ਵਾਸਤੇ ਉਹ ਰੂਟ ਜਿਹੜਾ ਬਾਰਿਸ਼ ਦੇ ਪਾਣੀ ਜਦੋਂ ਖੜ੍ਹ ਜਾਂਦਾ ਉਹਦੇ ਨਾਲ ਉੱਥੇ ਟ੍ਰੈਫਿਕ ਜਾਮ ਹੁੰਦਾ। ਜਦੋਂ ਵੀ ਬਾਰਿਸ਼ ਦੇ ਕਰਕੇ ਪਾਣੀ ਖੜ੍ਹਦਾ ਉਹਦੇ ਜਿਹੜੀਆਂ ਹੈਵੀ ਜਿੱਦਾਂ ਟਿੱਪਰ ਨੇ ਟਰਾਲੇ ਨੇ ਵੱਡੀਆਂ ਟਰੱਕ ਨੇ 16 ਟਾਇਰੀ 14 ਟਾਇਰੀ ਉਹ ਸਾਰਿਆਂ ਨੂੰ ਨਾ ਬੇਨਤੀ ਕੀਤੀ ਗਈ ਆ ਕਿ ਜਿਹੜੇ ਬਟਾਲਾ ਸਾਈਡ ਤੋਂ ਆ ਕੇ ਜਿਨ੍ਹਾਂ ਨੇ ਤਰਨ ਤਾਰਨ ਫਿਰੋਜ਼ਪੁਰ ਸਾਈਡ ਨੂੰ ਜਾਣਾ ਵਾ ਉਹ ਬਟਾਲਾ ਸਾਈਡ ਤੋਂ ਵਾਇਆ ਜਿਹੜਾ ਵਾ ਮਹਿਤਾ ਚੌਂਕ ਹੋ ਕੇ ਇੱਕ ਉੱਥੋਂ ਕੱਥੂ ਨਗਰ ਤੋਂ ਰਸਤਾ ਨਿਕਲਦਾ ਵੱਡਾ ਰਸਤਾ ਉਹਦੇ ਥਾਣੀ ਹੋ ਕੇ ਸਿੱਧਾ ਮਜੀਠਾ ਰੋਡ ਆ ਕੇ ਮਜੀਠੇ ਜੰਡਿਆਲੇ ਕਸਬੇ ਵਿੱਚੋਂ ਦੀ ਹੋ ਕੇ ਸਿੱਧੇ ਜਿਹੜੇ ਤਰਨ ਤਾਰਨ ਜਾ ਸਕਦੇ ਅਤੇ ਜਿਹੜੀਆਂ ਗੱਡੀਆਂ ਜਲੰਧਰ ਸਾਈਡ ਤੋਂ ਅੰਮ੍ਰਿਤਸਰ ਆਉਣੀਆਂ ਉਹ ਜਿਹੜੀਆਂ ਗਹਿਰੀ ਮੰਡੀ ਤੋਂ ਵਾਇਆ ਮਹਿਤਾ ਰੋਡ ਹੋ ਕੇ ਬੱਲੇ ਥਾਣੀ ਜਿਹੜੀਆਂ ਉਹ ਸ਼ਹਿਰ 'ਚ ਆਉਣ ਤਾਂ ਜੋ ਦਬੁਰਜੀ ਵਾਲਾ ਜਾਮ ਜਿਹੜਾ ਉਹ ਕਲੀਅਰ ਹੋ। ਕਿਉਂਕਿ ਉਹਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਜਿਹੜਾ ਕਾਫੀ ਸੁਧਾਰ ਕਰ ਦਿੱਤਾ ਉੱਥੇ ਜਿਹੜੇ ਟੋਏ ਉਹ ਖਤਮ ਕਰ ਦਿੱਤੇ ਗਏ ਨੇ ਉੱਥੇ ਹੁਣ ਜਿਹੜਾ ਉੱਥੇ ਹੋਰ ਵੀ ਕੰਮ ਚੱਲ ਰਿਹਾ ਵਾ ਉਹ ਜਲਦੀ ਜਿਹੜਾ ਦਾ ਕੰਪਲੀਟ ਹੋ। ਸਿਰਫ ਇੱਕ ਕਾਗਜ਼ ਦੇ ਟੁਕੜੇ 'ਤੇ ਸਮਾਰਟ ਸਿਟੀ ਲਿਖ ਦੇਣ ਨਾਲ ਸਮਾਰਟ ਸਿਟੀ ਨਹੀਂ ਬਣ ਜਾਂਦੀ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਮਾਰਟ ਸਿਟੀ ਦੇ ਹਾਲਾਤ। ਇਹ ਦਬੁਰਜੀ ਦਾ ਜਾਮ ਹੈ ਜਿੱਥੇ ਟ੍ਰੈਫਿਕ ਚੱਲ ਨਹੀਂ ਰਿਹਾ ਰੇਂਗ ਰਿਹਾ ਹੈ। ਸੋ ਗੁਰੂ ਨਗਰੀ ਨੂੰ ਸਮਾਰਟ ਸਿਟੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਪਰ ਇਹੋ ਜਿਹੇ ਹਾਲਾਤ ਬਹੁਤ ਹੀ ਮਾੜੇ ਹਾਲਾਤ ਨੇ ਦਬੁਰਜੀ ਦੇ ਪਰ ਇਹਦਾ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ। ਸਾਡੇ ਵੱਲੋਂ ਵਾਰ ਵਾਰ ਖਬਰਾਂ ਲਗਾਈਆਂ ਜਾ ਰਹੀਆਂ ਨੇ ਪਰ ਇੱਥੇ ਕੋਈ ਵੀ ਜਿਹੜਾ ਅਫਸਰ ਹੈ ਕੋਈ ਵੀ ਨਹੀਂ ਪਹੁੰਚ ਰਿਹਾ। ਟ੍ਰੈਫਿਕ ਪੁਲਿਸ ਵੱਲੋਂ ਭਾਵੇਂ ਇੱਥੋਂ ਦੇ ਰਸਤੇ ਜਿਹੜੇ ਨੇ ਉਹ ਡਾਈਵਰਟ ਕੀਤੇ ਗਏ ਨੇ ਪਰ ਫਿਰ ਵੀ ਜਾਮ ਤੁਸੀਂ ਦੇਖ ਸਕਦੇ ਹੋ ਥੋੜ੍ਹਾ ਜਿਹਾ ਮੀਂਹ ਪੈਂਦਾ ਹੈ ਅਤੇ ਲੰਬਾ ਜਾਮ ਘੰਟਿਆਂ ਬੱਧੀ ਜਾਮ ਇੱਥੇ ਲੱਗ ਜਾਂਦਾ ਹੈ। ਲੋਕ ਪਰੇਸ਼ਾਨ ਹੋ ਰਹੇ ਨੇ ਬਾਰ ਬਾਰ ਕਹਿ ਰਹੇ ਹਾਂ ਪਰ ਕੋਈ ਸੁਣਾਈ ਨਹੀਂ ਹੋ ਰਹੀ। ਸੋ ਉਮੀਦ ਕਰਦੇ ਹਾਂ ਕਿ ਜਲਦ ਪ੍ਰਸ਼ਾਸਨ ਜਾਗੇਗਾ ਅਤੇ ਇੱਥੇ ਦਾ ਕੋਈ ਹੱਲ ਕਰੇਗਾ। ਅੰਮ੍ਰਿਤਸਰ ਤੋਂ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼। ਨੌਜਵਾਨ ਪੀੜ੍ਹੀ ਨੂੰ ਸਹੀ ਰਾਹ 'ਤੇ ਤੋਰਨ ਅਤੇ ਲੋਕਾਂ ਨੂੰ ਨਵਾਂ ਜੀਵਨ ਦਾਨ ਦੇਣ ਦੇ ਮਕਸਦ ਸਦਕਾ ਅੰਮ੍ਰਿਤਸਰ ਵਿਖੇ ਇੰਟਰਨੈਸ਼ਨਲ ਹਿਊਮਨ ਰਾਈਟ ਐਂਡ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਭਾਜਪਾ ਦੇ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਹਾਜ਼ਰ ਸਨ। ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਸੁਸਾਇਟੀ ਵੱਲੋਂ ਬੜੇ ਵੱਡੇ ਪੱਧਰ 'ਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਇੱਥੇ ਲਾਇਆ ਗਿਆ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਸਾਰੀ ਸੁਸਾਇਟੀ ਨੂੰ, ਖਾਸ ਕਰਕੇ ਮਲਕੀਤ ਜੀ ਨੂੰ, ਉਹਨਾਂ ਦੇ ਨਾਲ ਲੱਕੀ ਜੀ ਨੇ, ਸਾਰੀ ਟੀਮ ਹੀ ਉਹਨਾਂ ਦੀ। ਮੈਂ ਸਮਝਣਾ ਬੜੀ ਵੱਡੀ ਸੇਵਾ ਜਿਹੜੀ ਆ ਸਮਾਜ ਲਈ ਇਹ ਕਰਦੇ ਨੇ। ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ। ਕਿਸੇ ਦੀ ਜਾਲ ਬਚਾਉਣਾ ਮੈਂ ਸਮਝਣਾ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ। ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇੰਟਰਨੈਸ਼ਨਲ ਹਿਊਮਨ ਰਾਈਟਸ ਸੁਸਾਇਟੀ ਜਿਹੜੀ ਆ ਹਰ ਸਾਲ ਹੀ
ਬਲੱਡ ਡੋਨੇਸ਼ਨ ਕੈਂਪ ਜਿਹੜੇ ਹੈ ਉਹ ਲਾਉਂਦੇ ਨੇ। ਦੂਸਰਾ ਇਹਨਾਂ ਦਾ ਲੱਗਾ, ਪਰ ਇਹ ਵੱਖਰੀ ਵੱਖਰੀ ਤੌਰ 'ਤੇ ਆਪਣੇ ਕਈ ਤਰ੍ਹਾਂ ਦੇ ਕੈਂਪ ਲਾਉਂਦੇ ਰਹਿੰਦੇ। ਹੁਣ ਜਿੱਦਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਅਤੇ ਕ੍ਰਾਈਮ ਕੰਟਰੋਲ ਹੈ, ਇਹ ਆਪਣੇ ਅੰਮ੍ਰਿਤਸਰ ਦੇ ਵਿੱਚ ਮੈਂ ਸਮਝਦਾ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਹੈ ਇਸ ਤਰ੍ਹਾਂ ਦੇ ਜਿਹੜੇ ਖੂਨਦਾਨ ਕੈਂਪ ਲਾਉਂਦੇ ਨੇ ਵੱਖਰੀਆਂ ਵੱਖਰੀਆਂ ਸੁਸਾਇਟੀਆਂ ਤੋਂ। ਜਿੱਦਾਂ ਇੱਕ ਪਰਸੋਂ ਚੌਥ ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਵੀ ਲਗਾਇਆ ਗਿਆ ਸੀ, ਉੱਥੇ ਵੀ ਸਾਰਿਆਂ ਨੇ ਦਿੱਤਾ ਸੀ ਖੂਨ ਆਪਣਾ। ਅਤੇ ਇੱਕ ਵਾਰੀ ਤਾਂ ਤਕਰੀਬਨ ਕਾਫੀ ਜਿਹੜੇ ਨੌਜਵਾਨ ਜਿਹੜੇ ਆਪ ਵੀ ਅਸੀਂ ਖੂਨ ਦਿੰਦੇ ਹਾਂ। ਸੋ ਮੈਂ ਸਾਰੀ ਬਲੱਡ ਲੈਣ ਜਾਂਦੇ ਹਾਂ। ਇੱਕ ਉਹ ਕਿਸੇ ਦੀ ਮਤਲਬ ਬੋਤਲ 'ਤੇ ਇਹ ਨਹੀਂ ਹੁੰਦਾ ਕਿ ਜਾਤ ਪਾਤ ਨਹੀਂ ਹੁੰਦੀ, ਉਦੋਂ ਜਾ ਕੇ ਅਸੀਂ ਕਹੀਏ ਸਾਡੀ ਕਿਸੇ ਦੀ ਜਾਨ ਵਾਜੇ। ਔਰ ਸਾਡੀ ਔਰਗਨਾਈਜੇਸ਼ਨ ਨੇ ਔਰ ਜਿਹੜੀ ਅਸੀਂ ਟੀਮ ਨਾਲ ਲਾਇਆ KVI ਬਲੱਡ ਬੈਂਕ, ਸਾਡਾ ਅਸੀਂ ਥੈਲੇਸੀਮੀਆਂ ਬੱਚੇ ਅਡੋਪਟ ਕੀਤੇ ਆ, ਜਿਹੜੇ 50 ਬੱਚੇ ਅਸੀਂ ਅਡੋਪਟ ਕੀਤੇ ਆ ਥੈਲਾਸੀਮੀਆਂ ਦੇ, ਔਰ ਉਹਨਾਂ ਨੂੰ ਦੇਈਦਾ। ਤਰਨ ਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਜੋ ਵੀ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਨ ਵਾਸਤੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚੋਂ ਵੱਖ ਵੱਖ ਸਕੂਲਾਂ ਦੀਆਂ ਵਾਹਨਾਂ ਦੁਆਰਾ ਭੇਜਦੇ ਹਨ, ਸਕੂਲ ਵਾਹਨਾਂ ਵਾਲੇ ਆਪਣੀਆਂ ਵਾਹਨਾਂ ਦੇ ਕਾਗਜ਼ ਪੱਤਰ ਆਪਣੇ ਕੋਲ ਰੱਖਣ। ਮਾਨਯੋਗ DC ਸਾਹਿਬ, SSP ਸਾਹਿਬ ਬਹਾਦਰ, ਮੈਡਮ SP ਸਾਹਿਬ ਦੇ ਹੁਕਮਾਨਾ ਜਿਹੜੇ ਆ ਲਗਾਤਾਰ ਜਿਹੜੀ ਆ ਚੈਕਿੰਗ ਜਿਹੜੀ ਚੱਲ ਰਹੀ ਹੈ ਸਕੂਲਾਂ ਦੀ। ਅੱਜ ਸਾਡੇ ਨਾਲ DC ਆਫਿਸ ਤੋਂ ਬਾਲ ਸੁਰੱਖਿਆ ਵਿਭਾਗ ਤੋਂ ਜਿਹੜੀ ਟੀਮ ਪਹੁੰਚੀ ਆ PC ਸਕੂਲ ਦੀ, ਜਿਹੜੀ ਅੱਜ ਗੱਡੀਆਂ ਦੀ ਚੈਕਿੰਗ ਜਿਹੜੀ ਅਸੀਂ ਕਰ ਰਹੇ ਹਾਂ, ਜਿਹਦੇ ਵਿੱਚ 3 ਈ-ਰਿਕਸ਼ਾ ਅਸੀਂ ਇੰਪਾਊਂਡ ਕੀਤੇ ਆ, ਇੱਕ ਮੈਜਿਕ ਗੱਡੀ ਬੰਦ ਕੀਤੀ ਆ ਅਤੇ 15 ਚਲਾਨ ਕੀਤੇ। ਮੈਂ ਰਜੇਸ਼ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ। ਜਿਵੇਂ ਕਿ ਤੁਸੀਂ ਦੇਖਿਆ ਪਿੱਛੇ ਬੋੜੀ ਚੌਂਕ ਦੇ ਅੰਦਰ ਅਤੇ ਮਾਝਾ ਸਕੂਲ ਦੇ ਮੂਹਰੇ ਅਸੀਂ ਚੈਕਿੰਗ ਕੀਤੀ ਸੀ, ਅਤੇ ਚੈਕਿੰਗ ਦੌਰਾਨ ਕਾਫੀ ਬੱਸਾਂ ਅਸੀਂ ਇੰਪਾਊਂਡ ਵੀ ਕੀਤੀਆਂ ਅਤੇ ਈ-ਰਿਕਸ਼ਾ ਤਾਂ ਬਿਲਕੁਲ ਬੰਦ ਕਰੇ। ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ISG ਦੇ ਵੱਲੋਂ ਸਖ਼ਤ ਹਦਾਇਤਾਂ ਹੈਗੀਆਂ ਕਿ ਈ-ਰਿਕਸ਼ਾ ਤਾਂ ਅਸੀਂ ਬੰਦ ਕਰਨੇ ਹੈਗੇ, ਅਤੇ ਜਿਹੜੀ ਹੋਰ ਗੱਡੀਆਂ ਦੀ ਕਮੀਆਂ ਪਾਈਆਂ ਗਈਆਂ ਹੈਗੀਆਂ ਅਸੀਂ ਉਹਨਾਂ ਨੂੰ ਚਲਾਨ ਪਲੱਸ ਇੰਪਾਊਂਡ ਵੀ ਕਰਵਾਉਣਾ ਹੈਗਾ, ਅਤੇ ਜਿਹੜੇ ਸਕੂਲ ਪ੍ਰਿੰਸੀਪਲ ਇਹਨਾਂ ਚੀਜ਼ਾਂ ਤੋਂ ਕੰਪਲੀਟ ਨਹੀਂ ਕਰਵਾਉਂਦੇ ਅਤੇ ਉਹਨਾਂ 'ਤੇ ਕਾਰਵਾਈ ਵੀ ਕਰਨੀ ਹੈਗੀ ਹੈ। ਅੱਜ ਦੀ ਕੜੀ ਏਸੀ ਕੜੀ ਦੇ ਅੰਦਰ ਅਸੀਂ ਹੁਣ ਅੱਜ ਆਏ ਹੈਗੇ ਹਾਂ ਪੰਜਾਬ ਚਿਲਡਰਨ ਅਕੈਡਮੀ ਤਰਨ ਤਾਰਨ ਵਿਖੇ। ਸਾਨੂੰ ਬਾਰ ਬਾਰ ਕੰਪਲੇਂਟਾਂ ਇਸ ਸਕੂਲ ਦੀਆਂ ਬਹੁਤ ਆ ਰਹੀਆਂ ਕਿ ਜਿੰਨਾ ਇਹ ਉੱਚਾ ਸਕੂਲ ਹੈਗਾ ਉੰਨੀ ਇਹਨਾਂ ਦੀ ਮਾੜੀ ਹਾਲਾਤ ਹੈਗੇ ਆ। ਜਿਵੇਂ ਹੁਣ ਤੁਸੀਂ ਅੱਜ ਦੇਖਿਆ ਉਹ ਗੱਡੀਆਂ ਦੇ ਅੰਦਰ ਕਈਆਂ ਦੇ ਕਾਗਜ਼ ਨਹੀਂ ਪੂਰੇ ਹੈਗੇ, ਉਹ ਸਭ ਤੋਂ ਵੱਡੀ ਨਲਾਇਕੀ ਇਹ ਹੈ ਜੇ ਪ੍ਰਿੰਸੀਪਲ ਨਹੀਂ ਦੇਖ ਰਹੇ ਹੈਗੇ। ਸਾਡੀ ਅੱਜ ਟੀਮ ਆਈ ਹੈ ਅਤੇ 1 ਕਿਲੋਮੀਟਰ ਪਿੱਛੇ ਹੀ ਬੱਚਿਆਂ ਨੂੰ ਲਾ ਕੇ ਆਈ ਜਾਂਦੇ ਹੈਗੇ ਡਰਾਈਵਰ। ਅਸੀਂ ਉਹਨਾਂ ਗੱਡੀਆਂ ਨੂੰ ਸਾਰਿਆਂ ਨੂੰ ਰਿਕਵਰ ਕਰ ਲਿਆ ਹੈਗਾ ਅਤੇ ਉਹਨਾਂ ਦੇ ਅੱਜ ਅਸੀਂ ਇੰਪਾਊਂਡ ਕਰਕੇ ਜਿਹੜੇ 1 ਕਿਲੋਮੀਟਰ ਪਲੱਸ ਉਹਨਾਂ 'ਤੇ ਅਸੀਂ ਹੁਣ ਅੱਜ FIR ਹੋਰ ਦਰਜ ਕਰਾਵਾਂਗੇ। ਜ਼ਿਲ੍ਹਾ ਵਿਕਾਸ ਅਫਸਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਇੱਕ ਸਾਂਝਾ ਅਭਿਆਨ ਜੋ ਕਿ ਸ਼ੁਰੂ ਕੀਤਾ ਗਿਆ ਹੈ। ਜੋ ਵੀ ਸਕੂਲ ਹਨ ਪ੍ਰਾਈਵੇਟ, ਉਹਨਾਂ ਵਿੱਚ ਜੋ ਬੱਸਾਂ ਹਨ ਉਹਨਾਂ ਵਿੱਚ ਕਿਸੇ 'ਚ ਕੈਮਰਾ ਨਹੀਂ ਹੈ, ਕਿਸੇ 'ਚ ਪਾਣੀ ਪੀਣ ਦੀ ਸਹੂਲਤ ਨਹੀਂ ਹੈ, ਉਹਨਾਂ ਬੱਸਾਂ ਦੇ ਚਲਾਨ ਕੱਟੇ ਗਏ ਔਰ ਨਾਲ ਹੀ ਸਕੂਲਾਂ ਨੂੰ ਵਾਰਨਿੰਗ ਦਿੱਤੀ ਗਈ। ਕੈਮਰਾਮੈਨ ਵਿਕਰਮ ਸਾਹਿਬ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਸਟਵੇਅ ਨੂੰ ਤਰਨ। ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਦੇ ਉੱਚ ਅਧਿਕਾਰੀ ਨੈਸ਼ਨਲ ਹਾਈਵੇ ਅਧੀਨ ਪੈਂਦੇ ਪਿੰਡ ਪੰਡੋਰੀ ਅੰਮ੍ਰਿਤਸਰ ਵਿਖੇ ਕਬਜ਼ਾ ਲੈਣ ਲਈ ਪੁੱਛੇ, ਪਰ ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਜਥੇਬੰਦੀਆਂ ਵੀ ਉੱਥੇ ਪਹੁੰਚ ਗਈਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫਿਰ ਇੱਕ ਵਾਰ ਫਿਰ ਖਾਲੀ ਹੱਥ ਪਰਤਣਾ ਪਿਆ। ਪੁਲਿਸ ਨੇ ਉਹਨਾਂ ਨੂੰ ਜਲਦੀ ਹੀ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੱਤਾ। ਵੇਖੋ, ਅੱਜ ਪੰਡੋਰੀ ਬ੍ਰਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਵੱਲੋਂ ਜਿਹੜਾ ਧੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਲੈ ਰਹੇ ਆ, ਜਿਹੜਾ ਆਪਣਾ ਭਾਰਤਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ, ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗ੍ਹਾ ਜਿਹੜੀ ਵਿੱਚ ਆ ਰਹੀ ਹੈ ਅਤੇ ਇਹਦੇ ਤੋਂ ਠੀਕ ਪਿੱਛੇ ਇਹ ਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਪੈਲੀਆਂ ਦੇ ਵਿੱਚ ਜਗ੍ਹਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ। ਇਹ ਕਿਸਾਨ ਨੂੰ 1 ਕਰੋੜ ਅਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗ੍ਹਾ ਇਹਦੀ ਬਣਦੀ ਹੈ ਅਤੇ ਉਹਦੇ ਨਾਲ ਇਹ ਜਿਹੜਾ ਧੱਕਾ ਕਰ ਰਹੀ ਹੈ।
ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ, ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਅਤੇ ਉਹ ਆਪਣਾ ਕਬਜ਼ਾ ਲੈ ਲਓ, ਕਿਸਾਨ ਲੈ ਲਓ, ਕੋਈ ਨਹੀਂ ਧੱਕਿਆ ਜਾਊਗਾ। ਅਤੇ ਪ੍ਰਸ਼ਾਸਨ ਪਰ ਉਹ ਗੱਲ ਤੁਹਾਨੂੰ ਤਿਆਰ ਨਹੀਂ ਆ, ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤਰੇ ਅਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾਲ ਨਹੀਂ ਹੈ ਰਿਕਵਰ ਕਰਨ ਦਾ। ਜਿਹੜੀ ਗੱਲ ਤੁਸੀਂ ਕਰਦੇ ਹੈਗੇ ਹੋ ਕਿ ਇਹ ਸਾਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਆ, ਫਿਰ ਤੁਹਾਨੂੰ ਕਿੰਨੇ ਪੈਸੇ ਮਿਲ ਚੁੱਕੇ ਹੁਣ? ਸਰੂਪਰਾਣੀ ਸਰਕਾਰੀ ਕੰਨਿਆ ਕਾਲਜ ਲੜਕੀਆਂ ਵਿੱਚ ਸਾਵੇਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਡਾਕਟਰ ਪ੍ਰੋਫੈਸਰ ਦਲਜੀਤ ਕੌਰ ਦੀ ਅਗਵਾਈ ਵਿੱਚ ਮਨਾਏ ਗਏ ਸਾਵੇਂ ਦੇ ਪਰਵ ਵਿੱਚ ਲੜਕੀਆਂ ਨੇ ਆਪਣੇ ਪੰਜਾਬੀ ਵਿਰਸੇ ਦਾ ਸੰਬੰਧੀ ਕਈ ਗੱਲਾਂ ਕੀਤੀਆਂ। ਇਸ ਮੌਕੇ ਤੇ ਪੀਂਗਾ, ਚਰਖਾ ਅਤੇ ਪਿੰਡ ਦੇ ਵਾਤਾਵਰਣ ਦੇ ਦ੍ਰਿਸ਼ ਵੀ ਦਿਖਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ। ਅੱਜ ਅਸੀਂ ਤੀਆਂ ਦਾ ਪ੍ਰੋਗਰਾਮ ਸਰੂਪਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਕਰਵਾ ਰਹੇ ਹਾਂ ਅਤੇ ਇਹਨੂੰ ਮਾਝੇ ਵਿੱਚ ਇਹਨੂੰ ਸਾਵੇਂ ਕਹਿੰਦੇ ਹੈਗੇ ਆ ਅਤੇ ਇਹ ਜਿਹੜਾ ਇਹ ਆਪਣੇ ਵਿਰਸੇ ਨਾਲ ਜੋੜਦੇ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ ਅਤੇ ਇਹ ਵਿਰਸਾ ਲੈ ਕੇ ਅੱਗੇ ਚੱਲਣ, ਇਸ ਤਰ੍ਹਾਂ ਹੀ ਖੁਸ਼ ਹੋਣ, ਸਾਰੇ ਇਕੱਠੇ ਰਲ ਕੇ ਜਿਹੜਾ ਇਹ ਤਿਉਹਾਰ ਮਨਾਉਣ, ਖੁਸ਼ੀਆਂ ਮਨਾਉਣ ਅਤੇ ਖੇੜਿਆਂ ਦਾ ਪੰਜਾਬ ਖੇਡਦਾ ਹੀ ਰਹੇ। ਅੱਜ ਸਾਡੇ ਕਾਲਜ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਸਾਨੂੰ ਸਾਡੇ ਵਿਰਸੇ ਦੇ ਨਾਲ ਮਿਲਾਇਆ ਗਿਆ, ਨਾਲ ਸਾਡੇ ਜਿੱਦਾਂ ਫੋਕ ਸੌਂਗ ਹੁੰਦੇ ਨੇ, ਨਾਲ ਸਾਡੇ ਵਿਰਸੇ ਦੇ ਜਿੱਦਾਂ ਚਰਖਾ, ਸਾਡੇ ਜੋ ਤੀਆਂ ਦੇ ਤਿਉਹਾਰ ਦੇ ਵਿੱਚ ਮੇਨ ਚੀਜ਼ ਹੁੰਦੀ ਹੈ, ਜਿੱਦਾਂ ਚਰਖਾ ਹੋ ਗਿਆ, ਗਾਣੇ ਹੋ ਗਏ, ਮਿਊਜ਼ਿਕ ਹੋ ਗਿਆ, ਗਿੱਧਾ ਹੋ ਗਿਆ, ਇਹ ਸਭ ਸਾਰੀ ਚੀਜ਼ਾਂ ਐਕਟੀਵਿਟੀਜ਼ ਕਰਾਈਆਂ ਗਈਆਂ ਕਾਲਜ ਵੱਲੋਂ। ਨਾਲੇ ਜਿੱਦਾਂ ਸਾਡੀ ਡੈਕੋਰੇਸ਼ਨ ਹੋਈ ਹੋਈ ਕਾਲਜ ਦੇ ਵਿੱਚ, ਜੋ ਵਿਰਾਸਤ ਦੀਆਂ ਚੀਜ਼ਾਂ ਹੁੰਦੀਆਂ ਸਾਡੀਆਂ ਪੰਜਾਬ ਦੀਆਂ, ਉਹ ਸਭ ਨਾਲ ਸਾਨੂੰ ਜਾਣੂ ਕਰਾਇਆ ਗਿਆ ਅੱਜ। ਪੀਂਘਾਂ, ਹਾਂਜੀ, ਝੂਲੀਆਂ, ਪੀਂਘਾਂ, ਝੂਲੀਆਂ, ਅੱਜ ਟੀਚਰਸ ਵੀ ਸਾਡੇ ਨਾਲ ਸਾਰੇ ਸ਼ਾਮਿਲ ਹੋਏ ਅੱਜ, ਜੋ ਕਿ ਸਾਡੇ ਸੱਭਿਆਚਾਰ ਦੇ ਨਾਲ ਸਾਨੂੰ ਮਿਲਾਉਂਦਾ ਅਤੇ ਇਹ ਬਹੁਤ ਹੀ ਵਧੀਆ ਤਿਉਹਾਰ ਹੈ। ਬਹੁਤ ਵਿਰਲੇ ਵਿਰਲੇ ਸਕੂਲਾਂ ਦੇ ਵਿੱਚ ਮਨਾਇਆ ਜਾ ਰਿਹਾ, ਪਰ ਸਾਡਾ ਜਿਹੜਾ ਕਾਲਜ ਹੈ ਸਰੂਪਰਾਣੀ ਗਵਰਨਮੈਂਟ ਕਾਲਜ ਫੋਰ ਵੁਮੈਨ, ਇਹ ਸਾਨੂੰ ਮੌਕਾ ਦੇ ਰਿਹਾ ਸਾਨੂੰ ਆਪਣੇ ਵਿਰਸੇ ਦੇ ਨਾਲ ਮਿਲਣ ਲਈ, ਸਾਨੂੰ ਮਿਲਾ ਰਿਹਾ ਸਾਡੇ ਵਿਰਸੇ ਦੇ ਨਾਲ, ਅਤੇ ਇਸ ਬਹੁਤ ਅੱਛਾ ਲੱਗ ਰਿਹਾ। ਮੈਨੂੰ ਲੱਗਦਾ ਹੈ ਕਿ ਹਰ ਇੱਕ ਨੌਜਵਾਨ, ਜੋ ਵੀ ਲੜਕੀ ਹੈ ਜਾਂ ਜੋ ਵੀ ਲੜਕਾ ਹੈ, ਉਸਨੂੰ ਆਪਣੇ ਆਪ ਨੂੰ ਸਿਰਫ ਮੋਬਾਈਲ ਫੋਨਸ ਤੱਕ ਨਹੀਂ ਸੀਮਿਤ ਰੱਖਣਾ ਚਾਹੀਦਾ, ਆਪਣੇ ਵਿਰਸੇ ਨੂੰ ਵੀ ਜਾਣਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਥਰੂ ਮੋਬਾਈਲ ਫੋਨਸ ਔਰ ਥਰੂ ਇੰਟਰਨੈਟ। ਸੋ ਸਾਡਾ ਸਕੂਲ ਜਿਹੜਾ, ਸਾਡਾ ਕਾਲਜ ਜਿਹੜਾ ਸਾਨੂੰ ਮੌਕਾ ਦੇ ਰਿਹਾ ਹੈ। ਕਾਲਜ ਵਿੱਚ ਸਾਨੂੰ ਟੀਚਰਸ ਵੱਲੋਂ ਇੱਕ ਸਰਪ੍ਰਾਈਜ਼ ਜਿਹਾ ਦਿੱਤਾ ਗਿਆ ਹੈ, ਕਿਉਂਕਿ ਜਦੋਂ ਤੱਕ ਅਸੀਂ ਛੋਟੇ ਸੀ ਅਸੀਂ ਇਹ ਸਾਰਾ ਕੁਝ ਪਿੰਡਾਂ ਵਿੱਚ ਦੇਖਦੇ ਸੀ, ਹੁਣ ਕਾਫੀ ਟਾਈਮ ਬਾਅਦ ਸਾਨੂੰ ਮਤਲਬ ਕਾਲਜ ਦੇ ਵਿੱਚ ਆ ਕੇ ਸਭ ਕੁਝ ਸਾਨੂੰ ਕਲਚਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਅਸੀਂ ਚਰਖਾ ਦੇਖ ਸਕਦੇ ਹਾਂ ਜਿਹੜਾ ਕਿ ਕਾਫੀ ਟਾਈਮ ਪਹਿਲੇ ਅਸੀਂ ਦੇਖਿਆ ਸੀ, ਔਰ ਬਹੁਤ ਅੱਛਾ ਲੱਗ ਰਿਹਾ ਕਿ ਸਾਨੂੰ ਸਾਡਾ ਕਲਚਰ ਪੁਰਾਣਾ ਜਿਹੜਾ ਉਹ ਯਾਦ ਆ ਰਿਹਾ ਹੈ। ਗੌਰਮੈਂਟ ਕਾਲਜ ਸਰੂਪਰਾਣੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਸਟੂਡੈਂਟ ਨੇ ਆਖਿਆ ਕਿ ਇੱਕ ਚੰਗਾ ਉਪਰਾਲਾ ਕਾਲਜ ਵੱਲੋਂ ਕੀਤਾ ਗਿਆ ਹੈ, ਉਹਨਾਂ ਨੂੰ ਜਿਹੜੇ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕੀਤਾ ਇੱਕ ਵਧੀਆ ਉਪਰਾਲਾ ਹੈ। ਉਹਨਾਂ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਆਪਣਾ ਵਿਰਸਾ ਕੀ ਹੁੰਦਾ ਹੈ। ਅੰਮ੍ਰਿਤਸਰ ਫਾਸਟ ਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਗੁੰਮ ਹੋਇਆ ਨਾਬਾਲਿਗ ਲੜਕਾ ਟਰੇਸ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਇਸ ਸੰਬੰਧੀ ਬੱਚੇ ਨੂੰ ਲੱਭਣ ਵਿੱਚ ਪੁਲਿਸ ਵੱਲੋਂ ਤੁਰੰਤ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਸ਼੍ਰੀ ਗੁਰਿੰਦਰ ਬੀਰ ਸਿੰਘ ACP ਈਸਟ ਅੰਮ੍ਰਿਤਸਰ ਵੱਲੋਂ ਦਿੱਤੀ ਗਈ। ਕੱਲ੍ਹ ਰਾਤ PS ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇੰਸੀਡੈਂਟ ਰਿਪੋਰਟ ਹੋਇਆ ਸੀ, ਜੋ ਕਿ ਇੱਕ 10 ਸਾਲ ਦਾ ਬੱਚਾ ਆਰਿਆਂ ਘਰੋਂ ਮਿਸਿੰਗ ਸੀ, ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਬਟ ਸ਼ਾਮ ਤੱਕ ਘਰ ਨਹੀਂ ਸੀ ਵਾਪਸ ਆਇਆ। ਉਹ ਮਾਮਲਾ ਬੜਾ ਸੰਜੀਦਾ ਹੋਣ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਮਾਣਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼੍ਰੀ ਰਣਜੀਤ ਸਿੰਘ ਢਿੱਲੋਂ, IPS,
ਅਤੇ ਡੀ ਸੀ ਪੀ ਇਨਵੈਸਟੀਗੇਸ਼ਨ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਏ ਡੀ ਸੀ ਪੀ 3 ਸ਼੍ਰੀ ਹਰਪਾਲ ਸਿੰਘ ਰੰਧਾਵਾ, ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਥਾਣਿਆਂ ਦੀ ਪੁਲਿਸ ਫੋਰਸ ਹੈ, ਐਸ ਐਚ ਓ ਏ ਡਿਵੀਜ਼ਨ, ਬੀ ਡਿਵੀਜ਼ਨ, ਐਸ ਐਚ ਓ ਵੱਲਾ, ਮਕਬੂਲਪੁਰਾ, ਸੀ ਆਈ ਏ 1 ਅਤੇ ਸੀ ਆਈ ਏ 2, ਇਹ ਸਾਰੀਆਂ ਟੀਮਾਂ ਨੇ ਬਹੁਤ ਅਣਥੱਕ ਮਿਹਨਤ ਕੀਤੀ ਸਾਰੀ ਰਾਤ ਲੋਕਾਂ ਦੇ ਨਾਲ। ਇਹਦੇ ਵਿੱਚ ਅਸੀਂ ਇੱਕ ਮੈਂਸ਼ਨ ਕਰਨਾ ਚਾਹੁੰਦੇ ਹਾਂ ਕਿ ਪਬਲਿਕ ਦਾ ਸਾਨੂੰ ਬਹੁਤ ਸਾਥ ਮਿਲਿਆ। ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਜਿਵੇਂ ਖੁਲਾਉਂਦੇ ਰਹੇ ਹਾਂ, ਅਤੇ ਲੋਕਾਂ ਨੇ ਇਹ ਕੰਸਰਨ ਦੇਖਦੇ ਹੋਏ ਕਿ ਜਿਵੇਂ ਉਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਹੈ, ਸਾਡਾ ਸਾਥ ਦਿੱਤਾ। ਜੋ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ 'ਤੇ ਘੁੰਮਦਾ ਫਿਰਦਾ ਸੀ, ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਟਰੈਕ ਕਰ ਲਿਆ, ਅਤੇ ਉੱਥੋਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਇਹਨੂੰ ਫਿਰ ਉੱਥੋਂ ਅਸੀਂ ਜਿਹੜਾ ਸੇਫਲੀ ਰਿਕਵਰ ਹੋ ਗਿਆ, ਅਤੇ ਹੁਣ ਜਿਹੜਾ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਗਿਆ। ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਹਾਂ ਕਿ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਨਾਲ ਥੋੜ੍ਹਾ ਤਾਲਮੇਲ, ਥੋੜ੍ਹਾ ਉਹਨਾਂ ਨੂੰ ਉਸ ਤਰੀਕੇ ਨਾਲ ਨਿਗਾਹ ਦੇ ਵਿੱਚ ਰੱਖਣ, ਅਤੇ ਬੱਚੇ ਵੀ ਜਿਹੜੇ ਨੇ ਉਹ ਮਤਲਬ ਪੇਰੈਂਟਸ ਦਾ ਜਿਹੜਾ ਹੁੰਦਾ ਵਾ ਕਦਰ ਛਾਇਆ ਦੇ ਵਿੱਚ ਉਸ ਤਰੀਕੇ ਨਾਲ ਰਹਿਣ, ਕਿਉਂਕਿ ਨਹੀਂ ਤਾਂ ਵੈਸੇ ਵੀ ਸੁਸਾਇਟੀ ਦੇ ਵਿੱਚ ਕੋਈ ਹੋਰ ਅਣਸੁਖਾਂ ਦੀ ਘਟਨਾ ਵਾਪਰ ਸਕਦੀ। ਔਰ ਇੰਨੀ ਜਲਦੀ ਬੱਚੇ ਨੂੰ ਕਵਰ ਕੀਤਾ ਜੀ, ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਸਟਾਫ ਮੈਂਬਰਸ ਨੇ ਪੂਰੀ ਰਾਤ ਖੜੇ ਰਹੇ ਹੈ ਔਰ ਲਗਾਤਾਰ ਟਰੇਸ ਕਰਕੇ ਅੱਜ ਬੱਚਾ ਪੇਰੈਂਟਸ ਦੇ ਹੈਗਾ ਨੇ ਹਵਾਲੇ ਕੀਤਾ ਹੈ। ਔਰ ਮੈਂ ਪਿਆਰੇ ਬੱਚੇ ਨੂੰ ਇਹ ਕਹਿਣਾ ਚਾਹੁੰਦਾ, ਪੁੱਤਰ ਜੀ ਮਾਂ ਪਿਓ ਨਹੀਂ ਲੱਭਣੇ, ਇਹ ਗੱਲ ਯਾਦ ਰੱਖੇ, ਅੱਗੇ ਤੋਂ ਇਹ ਗਲਤੀ ਨਹੀਂ ਕਰਨੀ। ਲੋਹਗੜ੍ਹ ਗੇਟ ਗਊਸ਼ਾਲਾ ਵੱਲ ਨੂੰ ਜਾਂਦੀ ਰੋਡ ਤੇ ਆਵਾਰਾ ਗਊਆਂ ਦਾ ਕਹਿਰ ਬਣਿਆ ਹੋਇਆ ਅਤੇ ਇਹਨਾਂ ਆਵਾਰਾ ਗਊਆਂ ਦੇ ਘਰ ਆਏ ਦਿਨ ਲੋਕਾਂ ਦੇ ਐਕਸੀਡੈਂਟਸ ਹੁੰਦੇ ਹਨ। ਇਸ ਸੰਬੰਧੀ ਸਾਬਕਾ ਕੌਂਸਲਰ ਵਿਕਾਸ ਸੋਨੀ ਵੱਲੋਂ ਮੰਗ ਕੀਤੀ ਗਈ ਕਿ ਇਹਨਾਂ ਆਵਾਰਾ ਗਊਆਂ ਨੂੰ ਉਹਨਾਂ ਦੀ ਬੰਦ ਦੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਤੋ ਅੱਜ ਲੋਹਗੜ੍ਹ ਦੀ ਮੇਨ ਰੋਡ ਜਿਹੜੀ ਅੰਧ ਵਿਦਿਆਲੇ ਦੇ ਬਾਹਰ ਹੈ, ਉੱਥੇ ਇਹ ਸਾਰੇ ਕਾਰੋਬਾਰ ਇੱਥੇ ਲੋਕਾਂ ਦੇ ਆਪਣੇ ਆਪਣੇ ਕਾਰੋਬਾਰ ਨੇ, ਲੋਕ ਇੰਨੇ ਕੁ ਪਰੇਸ਼ਾਨ ਨੇ। ਦੋ ਤਿੰਨ ਦਿਨ ਪਹਿਲਾਂ ਅਸੀਂ ਕਾਰਪੋਰੇਸ਼ਨ ਦੇ ਖਿਲਾਫ਼ ਧਰਨਾ ਵੀ ਲਾਇਆ ਸੀ, ਪਰ ਮੈਂ ਸਮਝਦਾ ਕੋਈ 1% ਵੀ ਕਿਸੇ ਅਫਸਰ ਨੂੰ ਜਾਂ ਕਾਰਪੋਰੇਸ਼ਨ ਦੇ ਕਿਸੇ ਮੁਲਾਜ਼ਮ 'ਤੇ ਉਹਦਾ ਫਰਕ ਨਹੀਂ ਪਿਆ। ਅੱਜ ਦੇਖੋ ਸਾਰੇ ਦੁਕਾਨਦਾਰ ਇਸ ਇਲਾਕੇ ਦੇ ਇਕੱਠੇ ਹੋਏ ਨੇ। ਅੱਜ ਤੁਸੀਂ ਹਾਲ ਦੇਖ ਲਓ ਗਊਆਂ ਦਾ, ਸਾਡੀ ਗਊਆਂ ਨੂੰ ਇਹ ਕੋਈ ਗਊਸ਼ਾਲਾ ਸਾਹਮਣੇ ਗਊਸ਼ਾਲਾ ਉਹਨਾਂ ਦੀ ਗਊਆਂ ਨਹੀਂ ਹੈ, ਇਹ ਪ੍ਰਾਈਵੇਟ ਗਊਆਂ ਨੇ ਜਿਹੜੇ ਲੋਕ ਆਪਣੇ ਜਦੋਂ ਇਹਨਾਂ ਨੂੰ ਦੁੱਧ ਚੋਣਾ ਹੁੰਦਾ ਉਦੋਂ ਇਹਨਾਂ ਨੂੰ ਆ ਜਾਂਦੇ ਨੇ, ਫਿਰ ਸਾਰਾ ਸਾਰਾ ਦਿਨ ਇੱਥੇ ਬਸ ਇੱਦਾਂ ਮਤਲਬ ਕਿ ਸੜਕਾਂ 'ਤੇ ਵਾਰਾ ਗਊਆਂ ਨੂੰ ਛੱਡ ਦਿੰਦੇ ਨੇ। ਇਹਦੇ ਨਾਲ ਮੈਂ ਸਮਝਦਾ ਜਿੱਦਾਂ ਮੈਨੂੰ ਇਹਨਾਂ ਦੱਸਿਆ ਕਿ ਅੱਜ ਕੋਈ ਤਕਰੀਬਨ ਪਿਛਲੇ 1-1.5 ਮਹੀਨੇ 1.5 ਮਹੀਨੇ 'ਚ 2-3 ਬਹੁਤ ਮੇਜਰ ਐਕਸੀਡੈਂਟ ਹੋਏ ਨੇ, ਬੱਚੇ ਇਹਦੇ 'ਚ ਇੱਥੇ ਡਿੱਗਦੇ ਨੇ, ਸਲਿਪ ਹੁੰਦੇ ਨੇ, ਬਾਰਿਸ਼ਾਂ ਦੇ ਦਿਨ ਨੇ, ਔਰ ਇਹ ਗਊਆਂ ਜਿਹੜੀਆਂ ਨੇ ਪਲਾਸਟਿਕ ਔਰ ਗੰਦਾ ਜਿਹੜਾ ਇੱਥੋਂ ਦਾ ਕਚਰਾ ਜਿਹੜਾ ਬਲੀ ਸਮਝਦਾ ਉਹ ਖਾਦੀਆਂ ਨੇ, ਬਹੁਤ ਪਰੇਸ਼ਾਨੀ ਔਰ ਗੰਦੀ ਸਮੈਲ ਔਰ ਬਿਮਾਰੀ ਇੱਥੋਂ ਫੈਲ ਰਹੀ ਹੈ। ਪਰ ਕਾਰਪੋਰੇਸ਼ਨ ਦੇ ਅਫਸਰ ਵੀ ਇੱਥੋਂ ਰੋਜ਼ ਲੰਘਦੇ ਨੇ, ਔਰ ਮੇਨ ਸੜਕ ਹੈ ਔਰ ਸਾਡਾ ਬਹੁਤ ਹੀ ਪਵਿੱਤਰ ਮੰਦਰ ਦੁਰਗਿਆਨਾ ਤੀਰਥ ਦਾ ਜਿਹੜਾ ਪਵਿੱਤਰ ਮੰਦਰ ਜਿੱਥੇ ਸਾਰਾ ਸ਼ਹਿਰ ਇੱਥੇ ਆ ਕੇ ਮੱਥਾ ਟੇਕਦਾ, ਉਹ ਲੋਕ ਇੱਥੇ ਆਉਂਦੇ ਨੇ, ਸਭ ਆਉਂਦੇ ਨੇ, ਪਰ ਕਾਰਪੋਰੇਸ਼ਨ ਦੇ ਅਫਸਰਾਂ ਨੂੰ 1% ਵੀ ਮੈਂ ਸਮਝਦਾ ਕੋਈ ਅਸਰ ਨਹੀਂ ਇਸ ਚੀਜ਼ ਦਾ ਕਿ ਇਹ ਗਊਆਂ ਨੂੰ ਇੱਥੋਂ ਚੁਕਾ ਕੇ ਕਿਤੇ ਗਊਸ਼ਾਲਾ 'ਚ ਜਾਂ ਕਿਤੇ ਜਿਨ੍ਹਾਂ ਦੀ ਹੈਗੀ ਹੈ, ਕਿਉਂਕਿ ਵੈਸੇ ਵੀ ਇਹ ਸੂਲਨ ਐਸ ਪਰ ਰੂਲ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਇਹ ਗਊਆਂ ਰਹਿ ਨਹੀਂ ਸਕਦੀਆਂ, ਕਾਰਪੋਰੇਸ਼ਨ ਲਿਮਿਟ ਤੋਂ ਬਾਹਰ ਜਾਣੀਆਂ, ਜਿਹੜੀ ਕਾਰਪੋਰੇਸ਼ਨ ਦੀ ਹੱਦ ਹੈ ਉਹਦੇ ਅੰਦਰ ਗਊਆਂ ਕੋਈ ਰੱਖ ਹੀ ਨਹੀਂ ਸਕਦਾ। ਫਾਸਟ ਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟ ਵੇ ਮੂਵੀ ਚੈਨਲ ਨੰਬਰ 241 ਤੇ, ਫਾਸਟ ਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟ ਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009309833 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਉੱਤਰੀ ਭਾਰਤ ਦੇ ਡਾਇਰੈਕਟਰ ਅਮਨਦੀਪ ਮਿੱਤਲ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਤੇ ਸਹਾਇਕ ਕਮਿਸ਼ਨਰ ਕਾਰਪੋਰੇਸ਼ਨ ਸੇਵਾ ਮੁਕਤ ਅਮਨਦੀਪ ਮਿੱਤਲ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਆ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਇਸ ਤੋਂ ਬਾਅਦ ਉਹਨਾਂ ਨੇ ਦੁਰਗਿਆਨਾ ਮੰਦਿਰ ਵਿੱਚ ਵੀ ਜਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਚੱਬਾਲ ਰੋਡ ਵਿਖੇ ਲੋਕ ਜੂਝ ਰਹੇ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ, ਨਗਰ ਨਿਗਮ ਦੇਵੇ ਤਿਆਰ। ਇਹ ਤੇ ਕੁਛ ਹੋਰ ਖ਼ਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ ₹5 से शुरू। Land in your city, unlimited fun. Tujhe dekha hua pagal, pagal, body body just a bottle, bottle. Passa chane ja, pan meri Yamaha. Let me hit the throttle. Let me make you move. Let me make you move. Come bad boy, baby, bongo thoda crack. Jaan leva, reza mera swag. Let me make you move. Let me make you move. Come bad boy, baby, bongo thoda crack. Jaan leva, reza mera swag. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਚੱਬਾਲ ਰੋਡ ਨਵੀਂ ਕਚਹਿਰੀ ਲੇ ਨੰਬਰ 23 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਵਿੱਚ ਮਿਲਾਵਟ ਹੋ ਰਹੀ ਹੈ ਅਤੇ ਨਾਲ ਹੀ ਬਦਬੂ ਵੀ ਆ ਰਹੀ ਹੈ। ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ। ਪ੍ਰੋਬਲਮ ਦੀ ਸੁਣ ਲਓ, ਪੀਣਾ ਕੀ ਪਾਣੀ ਨਹਾਉਣ ਅਤੇ ਬੋਮ ਦੀ ਜੀ ਮੈਂ ਨਹੀਂ ਆ ਕੀ ਦੱਸੀਏ ਇਹਨਾਂ ਦਾ। ਪਾਣੀ ਪੀਣ ਦੀ ਤਾਂ ਕਿਧਰੇ ਰਹਿ ਗਿਆ, ਨਹਾਉਣ ਲੱਗਿਆ ਉਹ ਨਹਾਤਾ ਜਾਂਦਾ, ਜੀ ਨਹੀਂ ਕਰਦਾ ਨਹਾਉਣ ਨੂੰ। ਹੈ ਐਡਾ ਪਾਣੀ ਜੋ ਮੁਸ਼ਕ, ਐਡੀ ਵੀ ਹੱਦ ਇਹਨੇ ਗੌਰਮੈਂਟ ਜਾਂ ਵੋਟਾਂ ਲੈਣੀਆਂ ਨਾ ਫਿਰ ਹੱਥ ਜੋੜਦੇ ਆਣ ਕੇ। ਚੱਬਾਲ ਰੋਡ ਨਵਾਂਕੋਟ ਗਲੀ ਨੰਬਰ 23 ਦੇ ਵਾਸੀ ਹਾਂ ਰਹਿਣ ਵਾਲੇ। ਸਾਡੀ ਕਿਸੇ ਵੀ ਮਹਿਕਮੇ ਵਿੱਚ ਜਾਂਦੇ ਕੋਈ ਸੁਣ ਸੁਣਾਈ ਨਹੀਂ ਹੁੰਦੀ, ਜੇ ਟਰਾਂਸਫਾਰਮ ਸਾਡਾ ਵੱਖਰਾ ਲੱਗਣ ਵਾਲਾ ਆ ਉਹ ਨਹੀਂ ਸਾਨੂੰ ਲਾ ਕੇ ਦਿੰਦੇ, ਕੋਈ ਨਾ ਕੋਈ ਰੁਕਾਵਟਾਂ ਪਾ ਕੇ ਬਹਿ ਜਾਂਦੇ ਆ। ਇਹ 3.5 ਸਾਲਾਂ ਤੋਂ ਪ੍ਰੋਬਲਮ ਜਿਹੜੀ ਸਾਡੀ ਹੱਲ ਕੀਤੀ ਜਾਵੇ। ਅਤੇ ਸਾਡੇ ਜਿਹੜੇ ਵਾਟਰ ਸਪਲਾਈ ਹੈ ਇਹ ਵੀ 2.5-3 ਸਾਲਾਂ ਤੋਂ ਬੜੀ ਪੁਰਾਣੀ ਪ੍ਰੋਬਲਮ ਆ। ਜਿਹੜਾ ਪਾਣੀ ਬੂਮਰ ਆਉਂਦਾ ਆ, ਪੀਲਾ ਆਉਂਦਾ ਆ, ਕਾਲਾ ਨਾਲੇ ਵਾਲਾ ਪਾਣੀ ਆਉਂਦਾ ਆ, ਜਿਹੜਾ ਲੋਕ ਪੀ ਕੇ
ਬਿਮਾਰੀਆਂ ਦਾ ਸਾਹਮਣਾ ਕਰਨ ਡਿਆ, ਬੜੀਆਂ ਮੁਸ਼ਕਲਾਂ ਚ ਬੜੀਆਂ ਮੁਸ਼ਕਲਾਂ ਦੇ ਝਮੇਲੇ ਦਾ ਸਾਹਮਣਾ ਕਰਨ ਡਿਆ, ਅਤੇ ਬਜ਼ੁਰਗ ਸਿਆਣੇ ਬੱਚੇ ਆ ਬਿਮਾਰ ਹੋਣ ਡੇ ਨੇ। ਪ੍ਰੋਬਲਮ ਇਹੋ ਹੀ ਜੇ 23 ਨੰਬਰ ਗਲੀ ਨਵਾਂਕੋਟ ਚਬਾਲ ਰੋਡ, ਇੱਥੇ ਦੀ ਕੋਈ ਸੁਣਾਈ ਨਹੀਂ ਹੋਣ ਡਈ ਹੈ। ਡਾਕਟਰ ਸਾਹਿਬ ਜੀ ਵੇਖੋ ਪਾਣੀ ਕਿੰਨਾ ਗੰਦਾ ਹੈ, 50 ਸਾਲ ਤੋਂ ਇਹ ਲੋਕ ਪਰੇਸ਼ਾਨ ਹੈ ਬੱਤੀ ਤੋਂ ਵੀ ਅਤੇ ਪਾਣੀ ਤੋਂ ਵੀ। ਇਹਨਾਂ ਦੀ ਸੁਣਾਈ ਹੋਣੀ ਚਾਹੀਦੀ ਹੈ, ਹਰ ਹਰ ਘਰ ਦੇ ਵਿੱਚ ਪਾਣੀ ਗੰਦਾ ਆ ਰਿਹਾ, ਸੀਵਰ ਦਾ ਬੱਚੇ ਬਿਮਾਰ ਪਏ ਆ ਬਹੁਤ ਜ਼ਿਆਦਾ ਇਸ ਟਾਈਮ, ਅਤੇ ਤੁਸੀਂ ਵੇਖੋ ਵੋਟ ਲੈਣ ਲੱਗੇ, ਅਸੀਂ ਹਰੇਕ ਦੇ ਅੱਗੇ ਹੱਥ ਜੋੜੇ ਸੀ, ਤਾਂ ਸਾਡੀ ਇਹ ਸਮੱਸਿਆ ਵੀ ਹੱਲ ਕਰੋ ਤੁਸੀਂ ਪਾਣੀ ਦੀ। ਸਾਡੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਗਲੀ ਦੇ ਵਿੱਚੋਂ ਕਾਫੀ ਦਿਨਾਂ ਦੇ ਉੱਤੋਂ ਗੰਦਾ ਪਾਣੀ ਆ ਰਿਹਾ, ਸੀਵਰੇਜ ਦਾ ਮਿਲਿਆ ਹੋਇਆ, ਅਤੇ ਕੋਈ ਜਿਹੜਾ ਸਾਡੀ ਸੁਣਵਾਈ ਨਹੀਂ ਹੈਗੀ, ਅਤੇ ਜਿਸ ਤਰ੍ਹਾਂ ਕਿ ਅਸੀਂ ਕੋਈ ਜਿਹੜਾ ਕਿ ਨਹੀਂ ਬਾਹਰੋਂ ਆਏ ਦੇ ਦੂਜੇ ਮੁਲਕ ਦੇ ਹਾਂ, ਅਤੇ ਸਾਡਾ ਬੜਾ ਮਾੜਾ ਹਾਲ ਹੈ, ਕੁਛ ਘਰਾਂ ਦੇ ਬੱਚੇ ਵੀ ਬਿਮਾਰ ਪੈ ਗਏ ਆ। ਸੀਵਰੇਜ ਦਾ ਪਾਣੀ ਆ ਰਿਹਾ ਅੰਦਰ, MLA ਸਾਹਿਬ ਨੂੰ ਬੇਨਤੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਕੀਤਾ ਜਾਵੇ, ਬਹੁਤ ਮਿਹਰਬਾਨੀ ਹੋਊਗੀ, ਦੁਨੀਆ ਬੱਚੇ ਬਿਮਾਰ ਹੋ ਰਹੇ ਨੇ, ਕਿਰਪਾ ਕਰਕੇ ਧਿਆਨ ਦਿੱਤਾ ਜਾਵੇ। ਚਬਾਰ ਰੋਡ ਦੇ ਇਲਾਕੇ ਗਲੀ ਨੰਬਰ 23 ਵਿਖੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਬਣੀ ਪਈ ਹੈ। ਕਾਰਨ ਹੈ ਕਿ ਪੀਣ ਵਾਲਾ ਪਾਣੀ ਇੰਨਾ ਗੰਦਾ ਹੈ ਕਿ ਲੋਕ ਬਿਮਾਰੀਆਂ ਲਵਾਉਣ ਦੇ ਲਈ ਮਜਬੂਰ ਹੋ ਰਹੇ ਨੇ, ਅਤੇ ਸਰਕਾਰ ਅਤੇ ਪ੍ਰਸ਼ਾਸਨ ਸਿਰਫ ਹਵਾਈ ਗੱਲਾਂ ਕਰ ਰਿਹਾ। ਜੇ ਮਿੰਨੀ ਸਤਰ 'ਤੇ ਗੱਲ ਕਰ ਲਈਏ, ਤਸਵੀਰਾਂ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਗੰਦਾ ਬਿਲਕੁਲ ਆ ਰਿਹਾ, ਪੀਣ ਵਾਲਾ ਪਾਣੀ ਐਡਾ ਗੰਦਾ ਹੈ ਕਿ ਲੋਕਾਂ ਨੂੰ ਹੱਦੋਂ ਵੱਧ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ, ਅਤੇ ਪ੍ਰਸ਼ਾਸਨ ਤੋਂ ਲੋਕਾਂ ਦੀ ਇੱਕੋ ਹੀ ਗੁਹਾਰ ਹੈ, ਪ੍ਰਸ਼ਾਸਨ ਜੇ ਗੱਲਾਂ ਕਰਦਾ ਜਾਂ ਕੰਮ ਕਿਤੇ ਬਣਦੀ ਹੈ ਸਰਕਾਰ, ਅਤੇ ਲੋਕਾਂ ਦੀ ਜਨਤਾ ਦੀ ਸੇਵਾ ਲਈ ਬਣਦੀ ਹੈ, ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਬਣਦੀ ਹੈ। ਪਰ ਅੱਜ ਸਾਡੀਆਂ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਦਰਕਿਨਾਰ ਨੇ, ਪਹਿਲ ਦੇ ਆਧਾਰ 'ਤੇ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ, ਪੀਣ ਵਾਲਾ ਪਾਣੀ ਹੈ ਜਿਹੜਾ ਬਿਲਕੁਲ ਸਾਫ਼ ਸੁਥਰਾ ਮੁਹੱਈਆ ਕਰਾਇਆ ਜਾਵੇ, ਤਾਂ ਜੋ ਲੋਕਾਂ ਦੀਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਗੰਦੇ ਪਾਣੀ ਨੂੰ ਪੀ ਕੇ ਉਹ ਨਾ ਲੱਗਣ, ਅਤੇ ਲੋਕਾਂ ਦਾ ਬਚਾਅ ਹੋ ਸਕੇ। ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਸਰਕਾਰ ਕਿੰਨੀ ਕੁ ਜਾਗਰੂਕ ਹੁੰਦੀ ਆ, ਪੀਣ ਵਾਲਾ ਪਾਣੀ ਕਿੰਨੀ ਜਲਦ ਇਹਨਾਂ ਨੂੰ ਪੀਣ ਵਾਲਾ ਸਾਫ਼ ਮਿਲਦਾ ਹੈ। ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼, ਅੰਮ੍ਰਿਤਸਰ। ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ BM ਵੱਲੋਂ ਕੋਲਕਾਤਾ ਡਾਕਟਰ ਮੋਮਿਤਾ ਦੇਵਨਾਥ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਤਰਵੇਜ਼ ਕੁਮਾਰ ਗਿੱਲ, ਜਨਰਲ ਸਕੱਤਰੀ ਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਜੋ ਕਿ ਸਾਡੀ ਭੈਣ ਡਾਕਟਰ ਦੇ ਨਾਲ ਅਤਿਆਚਾਰ ਹੋਈ ਆ, ਜੋ ਗੰਦੇ ਲੋਕਾਂ ਨੇ, ਦੋਸ਼ੀਆਂ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਗੰਦੀ ਹਰਕਤ ਕੀਤੀ ਆ, ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਵਾ, ਸਰਕਾਰਾਂ ਨੂੰ ਅਤੇ ਪ੍ਰਸ਼ਾਸਨ ਨੂੰ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਅਤੇ ਕਹਿੰਦੇ ਵੀ ਹਾਂ ਵੀ ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਆ ਕਿ ਜੋ ਇਹ ਕੁੜੀ ਨਾਲ ਹੋਇਆ ਉਹਦਾ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਵਾ। ਜੇ ਆਪਣੇ ਸ਼ਹਿਰ 'ਚ, ਆਪਣੇ ਪੰਜਾਬ 'ਚ ਜੇ ਡਾਕਟਰ ਨਹੀਂ ਸੇਫ ਹੈਗੇ ਤਾਂ ਆਮ ਬੰਦਾ ਕਿੱਥੋਂ ਸੇਫ ਹੋ ਜੂਗਾ? ਦੇਖੋ, ਮੈਂ ਤਾਂ ਅਪੀਲ ਕਰਨਾ ਪੂਰੇ ਭਾਰਤ ਵਰਸ ਨੂੰ ਕਿ ਆਪਣੀਆਂ ਬੇਟੀਆਂ ਨੂੰ ਪੜ੍ਹਾਈ ਲਿਖਾਈ ਦੇ ਨਾਲ ਨਾਲ ਉਹ ਮਾਰਸ਼ਲ ਆਰਟ ਵੀ ਸਿਖਾਉਣਾ ਚਾਹੀਦਾ। ਇਹਨਾਂ ਦਰਿੰਦਿਆਂ ਨੂੰ, ਇਹਨਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਕਰ ਰਹੇ ਹਾਂ, ਇਹਨਾਂ ਨੂੰ ਫਾਂਸੀ ਦੀ ਸਜ਼ਾ ਜਲਦੀ ਤੋਂ ਜਲਦੀ ਆਉਣੀ ਚਾਹੀਦੀ ਹੈ। ਭਾਰਤ ਏਕਤਾ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਜਸਵੀਰ ਸਿੰਘ ਖਾਲਸਾ, ਇੰਦਰਾ ਕਲੋਨੀ ਕੋਟ ਖਾਲਸਾ ਅੰਮ੍ਰਿਤਸਰ ਦੀ ਦੇਖ ਰੇਖ ਹੇਠ ਬਾਬਾ ਵਟਪਾਕ ਸਿੰਘ ਅਤੇ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਵੈਰਾਗਮਈ ਕੀਰਤਨ ਨਾਲ ਕੀਤੀ ਗਈ। ਸ਼੍ਰੀ ਸੁਖਮਨੀ ਸਾਹਿਬ 'ਚ ਦੇ ਪਾਠ ਉਪਰੰਤ ਬਾਬਾ ਲਾਪ੍ਰੀਤ ਸਿੰਘ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸੰਤ ਮਹਾਂਪੁਰਖ ਮੁੱਖ ਦਸ਼ਮੇਸ਼ ਤਰਨਾ ਦਲ, ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਜਗਤਾਰ ਸਿੰਘ, ਗਿਆਨੀ ਤੇਜਵੀਰ ਸਿੰਘ, ਬਾਬਾ ਨਛੱਤਰਨਾਥ ਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਧੰਨ ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਧੰਨ ਧੰਨ ਬਾਬਾ ਸੋਢੀ ਪਾਤਸ਼ਾਹ ਬਾਬਾ ਵਟਪਾਲ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।
ਜੋ ਕਿ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਗਰੀਬ ਲੜਕੀਆਂ ਦੇ ਵਿਆਹ ਵੀ ਕੀਤੇ ਜਾਂਦੇ ਸੀ। ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਭੋਗ ਪਏ ਆ ਅਤੇ ਜਿੱਥੇ ਵੱਖ ਵੱਖ ਜਥੇਬੰਦੀਆਂ ਪਹੁੰਚੀਆਂ, ਮੈਂ ਧੰਨਵਾਦ ਕਰਦਾ ਵਾਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ, ਗਿਆਨੀ ਤੇਜਵੀਰ ਸਿੰਘ ਜੀ, ਭਾਈ ਲਾਭਪ੍ਰੀਤ ਸਿੰਘ ਜੀ ਮੀਆਂ ਵਿੰਡ, ਬਾਬਾ ਨਛੱਤਰ ਨਾਥ ਜੀ, ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਗ੍ਰਹਿ ਵਿਖੇ ਆਣ ਕੇ ਆਪਣੇ ਦਰਸ਼ਨ ਦਿੱਤੇ। ਕ੍ਰਿਸਚੀਅਨ ਨੈਸ਼ਨਲ ਫਰੰਟ ਵੱਲੋਂ ਮੀਟਿੰਗ ਵਿਸ਼ਵ ਹਾਊਸ ਐਂਗਲੀਕਨ ਚਰਚ ਆਫ ਇੰਡੀਆ ਟੇਲਰ ਰੋਡ ਵਿਖੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਬਿਸ਼ਪ ਰੋਕਸਵੀ ਸੰਧੂ ਨੂੰ ਪੰਜਾਬ ਦੇ ਧਾਰਮਿਕ ਮਸਲਿਆਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਦਾ ਨਾਂ ਹੈਪੀ ਮਸੀਹ ਪ੍ਰਧਾਨ, ਸੁਖਵਿੰਦਰ ਮਸੀਹ, ਉਦੋ ਮਸੀਹ, ਪਾਸਟਰ ਸਦੀਕ ਮਸੀਹ ਅਤੇ ਹੋਰ ਵੀ ਨੁਮਾਇੰਦੇ ਹਾਜ਼ਰ ਸਨ। ਅਤੇ ਹੁਣ ਇਹਨਾਂ ਨੇ ਜੋ ਮੈਨੂੰ ਜ਼ਿੰਮੇਵਾਰੀ ਲਾਈ ਆ ਉਹਦੇ ਵਿੱਚ ਜੋ ਲਾਰੈਂਸ ਪ੍ਰਧਾਨ ਜੀ ਕਹਿ ਕੇ ਗਏ ਨੇ CNF ਵੱਲੋਂ, ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜਬਰੋ ਜ਼ੁਲਮ ਕੀ ਟੱਕਰ ਮੇਂ ਸੰਘਰਸ਼ ਹਮਾਰਾ ਨਾਰਾ ਹੈ, ਸੰਘਰਸ਼ ਤੋਂ ਕਰਨਾ ਹੀ ਪਏਗਾ। ਕਿ ਅੱਜ ਕ੍ਰਿਸਚਨ ਨੈਸ਼ਨਲ ਫਰੰਟ ਦਾ ਜਿਹੜਾ ਧਾਰਮਿਕ ਵਿੰਗ ਦਾ ਗਠਨ ਹੋਇਆ ਔਰ ਉਹਨਾਂ ਦੇ ਅਸੀਂ ਜਿਹੜੇ ਮੈਟਰੋਪੋਲੀਟਨ ਐਂਗਲੀਕਨ ਚਰਚ ਆਫ ਇੰਡੀਆ ਦੇ ਬਿਸ਼ਪ ਰੋਕਸ ਵੀ ਸੰਧੂ ਸਾਹਿਬ ਅਸੀਂ ਚੇਅਰਮੈਨ ਲਗਾਇਆ। ਸ਼੍ਰੀ ਗਣੇਸ਼ ਚਤੁਰਥੀ ਤੇ ਡਿਵਾਈਨ ਸਕੁਏਅਰ ਪਾਮ ਗ੍ਰੋਵ ਏਅਰਪੋਰਟ ਰੋਡ ਤੇ ਪੰਕਜਨ ਪ੍ਰੀਤੀ ਗਿਨੀਸ ਬੁੱਕ ਰਿਕਾਰਡ ਤੇ ਜੇਤੂਆਂ ਦੁਆਰਾ ਗਣਪਤੀ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪ੍ਰਮੋਦ ਪਾਟੀਆ, ਚੇਅਰਮੈਨ ਸਪੋਰਟਸ ਸੈੱਲ ਪੰਜਾਬ ਸ਼੍ਰੀਮਤੀ ਵੀਨਾ ਪਾਟੀਆ ਨੇ ਹਾਜ਼ਰੀ ਲਗਵਾਈ ਅਤੇ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਇਕਾਈ ਅੰਮ੍ਰਿਤਸਰ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਸੁਰਿੰਦਰ ਦੁੱਗਲ ਦੀ ਪ੍ਰਧਾਨਗੀ ਹੇਠ ਬੁਲਾਈ ਗਈ। ਮੀਟਿੰਗ ਵਿੱਚ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਪਿਆਰੇ ਲਾਲ ਸੀਟ, ਜਨਰਲ ਸੈਕਟਰੀ ਸਮੀਰ ਚੈਰ, ਖਜਾਨਚੀ ਐਸ ਕੇ ਵਧਵਾ, ਵਾਈਸ ਪ੍ਰਧਾਨ ਰੰਜਨ ਅਗਰਵਾਲ ਹਾਜ਼ਰ ਸਨ। ਮੀਟਿੰਗ ਵਿੱਚ ਅੰਮ੍ਰਿਤਸਰ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉੱਥੇ ਕਟੜਾ ਬਗੀਆ ਵਿਖੇ ਮਹਾਜਨ ਪਰਿਵਾਰ ਵੱਲੋਂ ਗਣਪਤੀ ਪੂਜਨ ਕੀਤਾ ਗਿਆ। ਇਸ ਮੌਕੇ ਬੱਬਲੂ ਮਹਾਜਨ, ਪਵਨ, ਅਮਨ, ਕਰਨ, ਆਕਾਸ਼, ਪ੍ਰਾਚੀ, ਖੁਸ਼ੀ, ਸੋਨੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਗਣੇਸ਼ ਚਤੁਰਥੀ ਦੇ ਸੰਬੰਧ ਵਿੱਚ 7 ਤੋਂ 17 ਤਰੀਕ ਤੱਕ ਅਮਨ ਐਵਨਿਊ ਵਿੱਚ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ, ਜਿਸ ਵਿੱਚ ਸ਼ਾਮ 8 ਵਜੇ ਤੋਂ ਭਗਵਾਨ ਗਣੇਸ਼ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਅਤੇ ਭਜਨ ਗਰੁੱਪ ਵੱਲੋਂ ਸੰਕੀਰਤਨ ਕੀਤਾ ਜਾਵੇਗਾ। ਰਾਜੇਸ਼ ਬੋਬੀ, ਅਸ਼ੋਕ ਕੁਮਾਰ, ਰਿਸ਼ੂ ਅਰੋੜਾ, ਗੁਲਸ਼ਨ ਸਦਨ, ਪਰਸੋਤਮ ਲਾਲ, ਰੇਨੂ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅਮਨ ਐਵਨਿਊ ਕਲੋਨੀ ਦੀ ਤਰਫ ਸੇ ਗਣਪਤੀ ਉਤਸਵ 11 ਦਿਨ ਕੇ ਲਈ ਹਰ ਸਾਲ ਮਨਾਇਆ ਜਾਂਦਾ ਹੈ, ਬੜੀ ਧੂਮਧਾਮ ਸੇ ਮਨਾਇਆ ਜਾਂਦਾ ਹੈ। ਉਸਮੇ ਹਰ ਰੋਜ਼ ਪਾਰਟੀ ਆਤੀ ਹੈ ਔਰ ਵਿਸਰਜਨ ਮਤਲਬ ਅਖੀਰਲੇ ਦਿਨ ਵਿਸਰਜਨ ਹੁੰਦਾ ਹੈ। ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ ਜੱਜ ਨਰੇਸ਼ ਮੋਦਗਿੱਲ ਦੇ ਨਾਲ ਉਹਨਾਂ ਦੇ ਗ੍ਰਹਿ ਸ਼ਿਵਾਲਾ ਬਾਗ ਭਾਈਆਂ ਵਿਖੇ ਮੁਲਾਕਾਤ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਬੋੜੂ, ਕੁਲਵੰਤ ਸਿੰਘ ਰਾਜਪੂਤ ਹਾਜ਼ਰ ਸਨ। ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਟਰੱਸਟ ਕਰਤਾਰ ਨਗਰ ਛਿਆਟਾ ਵੱਲੋਂ ਪਰਮ ਸੰਤ ਅਦਵਾਸ ਸਰੂਪ ਸ਼੍ਰੀ ਆਰਤੀ ਦੇਵਾ ਮਹਾਰਾਜ ਦੀ ਪ੍ਰੇਰਣਾ ਸਦਕਾ ਸ਼੍ਰੀ ਗਣੇਸ਼ ਚਤੁਰਥੀ ਮੌਕੇ 11 ਦਿਨਾਂ ਤੱਕ ਭਗਵਾਨ ਗਣੇਸ਼ ਜੀ ਦੀ ਪੂਜਾ ਅਰਚਨਾ ਸਮੇਤ ਸ਼ੋਭਾ ਯਾਤਰਾ ਕੱਢੀ ਗਈ। ਸਵੇਰੇ ਸ਼ਾਮ ਸਤਸੰਗ ਅਤੇ ਕੀਰਤਨ ਕੀਤਾ ਜਾ ਰਿਹਾ। ਆਪ ਸਭ ਸਾਧ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਪਿਆਰੀ ਸਤਸੰਗ ਜੀਓ, ਉਸੀ ਸਭੀ ਆਪਕੋ ਵੀ ਆਪਕੇ ਪਰਿਵਾਰ ਕੋ ਸਭੀ ਸ਼ਹਿਰ ਵਾਸੀਆਂ ਕੋ ਬਹੁਤ ਬਹੁਤ ਸ਼ੁਭਕਾਮਨਾ ਹੋ।
ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਰਾਸ਼ਟਰੀ ਸੰਯੋਜਕ ਅਤੇ ਪੰਜਾਬ ਪ੍ਰਧਾਨ ਕੌਸ਼ਲ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਰਾਸ਼ਟਰੀ ਯੂਥ ਜਨਰਲ ਸਕੱਤਰੀ ਗੋਲਡੀ ਧੁੰਨਾ, ਪੰਜਾਬ ਜਨਰਲ ਸਕੱਤਰ ਵਿਵੇਕ ਅਰੋੜਾ, ਨਵਨੀਸ਼ ਕੁਮਾਰ, ਪੰਜਾਬ ਯੂਥ ਉਪ ਪ੍ਰਧਾਨ ਕੁਲਦੀਪ ਸਿੰਘ, ਪੰਜਾਬ ਯੂਥ ਸਕੱਤਰੀ ਅਤੇ ਹੋਰ ਅਹੁਦੇਦਾਰ ਸ਼ਾਮਿਲ ਹੋਏ। ਆਖਿਰ ਵਿੱਚ ਮੁੱਖ ਖ਼ਬਰਾਂ ਇੱਕ ਵਾਰ ਫੇਰ ਤੋਂ। ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾ, ਪਾਕਿਸਤਾਨੀ ਰੇਂਜਰਾਂ ਦੇ ਕੀਤਾ ਹਵਾਲੇ। ਸ਼ਹਿਰ ਵਿੱਚ ਸ੍ਰੀ ਗਣੇਸ਼ ਚਤੁਰਥੀ ਦੀਆਂ ਰੌਣਕਾਂ, 7 ਸਤੰਬਰ ਦੀ ਸਵੇਰ ਗਣਪਤੀ ਬੱਪਾ ਦੀ ਹੋਈ ਪਹਿਲੀ ਪੂਜਾ। ਡਰਾਈ ਫਰੂਟ ਗੋਦਾਮ ਵਿੱਚ ਹੋਈ ਚੋਰੀ ਦੇ ਪੀੜਤਾਂ ਨਾਲ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਮੁਲਾਕਾਤ। ਇਹ ਸਨ ਅੱਜ ਦੀਆਂ ਖ਼ਬਰਾਂ, ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।